ਸਤਿ ਸ਼੍ਰੀ ਅਕਾਲ ਸਟੂਡੈਂਟਸ। ਲਾਸਟ ਟਾਈਮ ਆਪਾਂ ਕੀਤਾ ਸੀਗਾ ਆਪਣਾ ਸਟੱਡੀ ਮੂਵਿੰਗ ਆਇਰਨ ਇੰਸਟਰੂਮੈਂਟਸ, ਸੋ ਐਮੀਟਰ ਵੋਲਟਮੀਟਰ ਵਾਲਾ ਆਪਾਂ ਚੈਪਟਰ ਕਰ ਰਹੇ ਸੀਗੇ। ਉਹਦੇ ਵਿੱਚ ਕੀ ਸੀਗਾ, ਆਪਾਂ ਪੜ੍ਹਿਆ ਸੀਗਾ ਕਿ ਜਿਹੜੇ ਇੰਸਟਰੂਮੈਂਟ ਹੁੰਦੇ ਆ ਉਹਨਾਂ ਨੂੰ ਕੰਸਟਰਕਸ਼ਨ ਦੇ ਅਕੋਰਡਿੰਗ ਆਪਾਂ ਕਲਾਸੀਫਾਈ ਕਰਦੇ ਹਾਂ ਦੋ ਹਿੱਸਿਆਂ ਦੇ ਵਿੱਚ। ਫਸਟ ਆਪਾਂ ਸਟੱਡੀ ਕਰ ਲਿਆ ਸੀ ਮੂਵਿੰਗ ਆਇਰਨ ਇੰਸਟਰੂਮੈਂਟ ਜਿਹਦੀਆਂ ਦੋ ਟਾਈਪ ਸੀਗੀਆਂ, ਅਟਰੈਕਸ਼ਨ ਟਾਈਪ ਇੰਸਟਰੂਮੈਂਟ ਅਤੇ ਰਿਪਲਸ਼ਨ ਟਾਈਪ ਇੰਸਟਰੂਮੈਂਟ। ਵਰਕਿੰਗ ਕੰਸਟਰਕਸ਼ਨ ਦੋਨਾਂ ਤੁਹਾਨੂੰ ਦੱਸਦੀ ਸੀ, ਐਡਵਾਂਟੇਜ ਡਿਸਐਡਵਾਂਟੇਜ ਦੱਸਦੇ ਸੀ। ਸੋ ਉਸੇ ਚੀਜ਼ ਨੂੰ ਕੰਟੀਨਿਊ ਕਰਦੇ ਹੋਏ ਅੱਜ ਆਪਾਂ ਜਿਹੜਾ ਆ ਸੈਕਿੰਡ ਕਲਾਸੀਫਿਕੇਸ਼ਨ ਪੜ੍ਹਨੀ ਹੈ, ਜਿਹਦਾ ਨਾਮ ਆ ਪਰਮਾਨੈਂਟ ਮੈਗਨੈਟ ਮੂਵਿੰਗ ਕੋਇਲ ਇੰਸਟਰੂਮੈਂਟ। ਸੋ ਇਹਦੀ ਜਿਹੜੀ ਕੰਸਟਰਕਸ਼ਨ ਆ ਇਹਦੇ ਨਾਮ ਤੋਂ ਹੀ ਤੁਹਾਨੂੰ ਪਤਾ ਲੱਗ ਜਾਣੀ ਚਾਹੀਦੀ ਆ, ਪਰਮਾਨੈਂਟ ਮੈਗਨੈਟ ਅਤੇ ਮੂਵਿੰਗ ਕੋਇਲ। ਸੋ ਇਹਦੇ ਵਿੱਚ ਪਰਮਾਨੈਂਟ ਮੈਗਨੈਟ ਹੋਣਗੇ ਅਤੇ ਮੂਵਿੰਗ ਆਪਣੇ ਕੋਲ ਕੀ ਹੋਊਗੀ, ਕੋਇਲ ਹੋਊਗੀ, ਠੀਕ ਆ। ਸੋ ਇੱਦਾਂ ਦੇ ਜਿਹੜੇ ਇੰਸਟਰੂਮੈਂਟ ਹੋਣਗੇ ਜਿਹਨਾਂ 'ਚ ਪਰਮਾਨੈਂਟ ਮੈਗਨੈਟ ਅਤੇ ਮੂਵਿੰਗ ਕੋਇਲ ਹੋਊਗੀ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਵੀ ਇਹ ਪਰਮਾਨੈਂਟ ਮੈਗਨੈਟ ਮੂਵਿੰਗ ਕੋਇਲ ਇੰਸਟਰੂਮੈਂਟਸ ਨੇ। ਸੋ ਸਭ ਤੋਂ ਪਹਿਲਾਂ ਆਪਾਂ ਸਟੱਡੀ ਕਰਦੇ ਹਾਂ ਕਿ ਇਹਦਾ ਬੇਸਿਕ ਜਿਹੜਾ ਪ੍ਰਿੰਸੀਪਲ ਹੁੰਦਾ ਉਹ ਕੀ ਪ੍ਰਿੰਸੀਪਲ ਹੁੰਦਾ, ਬੇਸਿਕ ਪ੍ਰਿੰਸੀਪਲ ਇਹਦਾ। ਸੋ ਇਹਦਾ ਬੇਸਿਕ ਪ੍ਰਿੰਸੀਪਲ ਹੁੰਦਾ ਕਿ ਵੈਨ ਐਵਰ ਅ ਕਰੰਟ ਕੈਰਿੰਗ ਕੰਡਕਟਰ ਇਜ਼ ਪਲੇਸਡ ਬਿਟਵੀਨ ਦ ਮੈਗਨੈਟਿਕ ਫੀਲਡ, ਮਕੈਨੀਕਲ ਫੋਰਸਿਸ ਐਗਜ਼ਰਟਡ ਔਨ ਇਟ। ਮਸ਼ੀਨ 1 ਦੇ ਵਿੱਚ ਵੀ ਤੁਸੀਂ ਇਹ ਚੀਜ਼ ਕਿਤੇ ਨਾ ਕਿਤੇ ਪੜ੍ਹੀ ਹੋਊਗੀ। ਫਿਰ ਜਦੋਂ ਵੀ ਆਪਾਂ ਕਿਸੇ ਕਰੰਟ ਕੈਰਿੰਗ ਕੰਡਕਟਰ ਨੂੰ ਮੈਗਨੈਟਿਕ ਫੀਲਡ ਦੇ ਵਿੱਚ ਰੱਖਦੇ ਹਾਂ ਤਾਂ ਉਹਦੇ ਉੱਪਰ ਕੀ ਹੁੰਦਾ, ਫੋਰਸ ਬਣ ਜਾਂਦੀ ਹੈ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਲਾਅ ਦੇ ਅਕੋਰਡਿੰਗ, ਠੀਕ ਹੈ। ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਲਾਅ ਤੁਸੀਂ ਪੜ੍ਹਿਆ, ਉਹਦੇ ਅਕੋਰਡਿੰਗ ਕੀ ਹੁੰਦਾ, ਜਦੋਂ ਵੀ ਆਪਾਂ ਕਰੰਟ ਕੈਰਿੰਗ ਕੰਡਕਟਰ ਜਿਹੜਾ ਉਹਨੂੰ ਮੈਗਨੈਟਿਕ ਫੀਲਡ ਦੇ ਵਿੱਚ ਰੱਖਦੇ ਹਾਂ ਤਾਂ ਉਹਦੇ ਉੱਪਰ ਕੀ ਹੈ, ਮਕੈਨੀਕਲ ਫੋਰਸ ਜਿਹੜੀ ਉਹ ਐਗਜ਼ਰਟ ਹੋ ਜਾਂਦੀ ਹੈ। ਸੋ ਮੋਟਰ ਦੇ ਕੇਸ ਦੇ ਵਿੱਚ ਹੁੰਦੀ ਆ ਜਿਹੜੀ ਚੀਜ਼ ਤੁਸੀਂ ਪੜ੍ਹ ਰਹੇ ਹਾਂ, ਜਿਹੜੀ ਆਪਣੀ ਇਲੈਕਟ੍ਰਿਕ ਮੋਟਰ ਹੁੰਦੀ ਉਹਦੇ ਵਿੱਚ ਵੀ ਇਹੀ ਚੀਜ਼ ਹੁੰਦੀ ਆ। ਸੋ ਇਹ ਜਿਹੜੀ ਡਾਇਗ੍ਰਾਮ ਸ਼ੋ ਕੀਤਾ ਨਾ, ਐਕਚੁਅਲ ਦੇ ਵਿੱਚ ਇਹ ਆਪਾਂ ਇਹ ਵੀ ਕਹਿ ਸਕਦੇ ਫਲੈਮਿੰਗ ਲੈਫਟ ਹੈਂਡ ਰੂਲ, ਜੇ ਤੁਸੀਂ ਪੜ੍ਹਿਆ ਹੋਵੇ ਤਾਂ ਉਹਦੇ ਬੇਸਿਸ 'ਤੇ ਹੀ ਇਹ ਕੰਮ ਕਰਦੀ ਆ ਚੀਜ਼, ਠੀਕ ਆ। ਸੋ ਫਲੈਮਿੰਗਸ ਲੈਫਟ ਹੈਂਡ ਰੂਲ ਕੀ ਕਹਿੰਦਾ ਕਿ ਜੇ ਮੇਰੇ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਆਹ ਹੋਊਗੀ, ਜਿੱਦਾਂ ਇਹਦੇ ਵਿੱਚ ਵੀ ਸ਼ੋ ਕੀਤਾ, ਦੇਖੋ ਆਹ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਆ, ਕਿਉਂਕਿ ਮੈਗਨੈਟਿਕ ਫੀਲਡ ਕੀ ਹੁੰਦਾ, ਹਮੇਸ਼ਾ ਨੌਰਥ ਤੋਂ ਸਾਊਥ ਵੱਲ ਨੂੰ ਉਹਦੀਆਂ ਮੈਗਨੈਟਿਕ ਲਾਈਨਸ ਆਫ ਫੋਰਸਿਸ ਜਾ ਰਹੀਆਂ ਹੁੰਦੀਆਂ, ਠੀਕ ਆ। ਸੋ ਨੌਰਥ ਤੋਂ ਸਾਊਥ ਕੀ ਆ, ਉਹਦੀਆਂ ਮੈਗਨੈਟਿਕ ਲਾਈਨਸ ਆਫ ਫੋਰਸਿਸ ਜਾ ਰਹੀਆਂ ਨੇ, ਅਤੇ ਜਿਹੜੀ ਜੇ ਮੇਰੇ ਫੀਲਡ ਦੀ ਡਾਇਰੈਕਸ਼ਨ ਇੱਧਰ ਆ ਤਾਂ ਫੋਰਸ ਕਿੱਧਰ ਨੂੰ ਲੱਗੂਗੀ, ਕੰਡਕਟਰ 'ਤੇ ਉੱਪਰ ਨੂੰ, ਠੀਕ ਆ। ਫੋਰਸ ਕਿੱਧਰ ਨੂੰ ਲੱਗੂਗੀ, ਉੱਪਰ ਨੂੰ, ਕਿਹੜੇ ਕੰਡਕਟਰ 'ਤੇ ਉੱਪਰ ਨੂੰ ਫੋਰਸ ਲੱਗੂਗੀ, ਜਿੱਧਰ ਨੂੰ ਕਰੰਟ ਮੇਰੇ ਵੱਲ ਨੂੰ ਆ ਰਿਹਾ, ਠੀਕ ਆ। ਸੋ ਹੁਣ ਮੇਰੇ ਵੱਲ ਨੂੰ ਆ ਰਿਹਾ ਕਰੰਟ ਇਹਦਾ, ਤੁਸੀਂ ਆਈਡੀਆ ਇੱਥੋਂ ਡੋਟ ਤੋਂ ਅਤੇ ਕ੍ਰੋਸ ਤੋਂ ਲਗਾ ਸਕਦੇ, ਜਿੱਦਾਂ ਇੱਕ ਐਰੋ ਦੀ ਐਗਜ਼ਾਮਪਲ ਲੈ ਲਓ ਤੁਸੀਂ। ਸੋ ਐਰੋ ਜਦੋਂ ਫਰੰਟ ਤੋਂ ਆਪਾਂ ਦੇਖਦੇ ਹਾਂ ਐਰੋ ਨੂੰ ਤਾਂ ਉਹ ਡੋਟ ਦੀ ਤਰ੍ਹਾਂ ਆਪਾਂ ਨੂੰ ਸ਼ੋ ਹੁੰਦਾ, ਠੀਕ ਆ। ਸੋ ਡੋਟ ਦਾ ਮਤਲਬ ਕੀ ਹੁੰਦਾ, ਮੇਰੇ ਵੱਲ ਨੂੰ ਐਰੋ ਆ ਰਿਹਾ, ਠੀਕ ਆ। ਡੋਟ ਦਾ ਮਤਲਬ ਕੀ ਹੈ, ਕਰੰਟ ਜਿਹੜਾ ਆ ਮੇਰੇ ਵਾਲੀ ਸਾਈਡ ਨੂੰ ਆ ਰਿਹਾ ਆ। ਅਤੇ ਜਦੋਂ ਐਰੋ ਨੂੰ ਆਪਾਂ ਜਾਂਦਾ ਦੇਖਦੇ ਹਾਂ ਤਾਂ ਐਰੋ ਪਿੱਛੋਂ ਪਲੱਸ ਦਾ ਸਾਈਨ ਆਪਾਂ ਨੂੰ ਨਜ਼ਰ ਆਉਂਦਾ, ਸੋ ਉਹਦਾ ਮਤਲਬ ਕਹਿੰਦਾ ਐਰੋ ਜਾ ਰਿਹਾ। ਸੋ ਸੇਮ ਹੀ ਇੱਥੇ ਪਲੱਸ ਦਾ ਸਾਈਨ ਆ, ਇਹਦਾ ਮਤਲਬ ਕਿ ਕਰੰਟ ਇਸ ਕੋਇਲ ਦੇ ਵਿੱਚੋਂ ਅੱਗੇ ਨੂੰ ਜਾ ਰਿਹਾ, ਮੇਰੇ ਵੱਲ ਨੂੰ ਨਹੀਂ ਆ ਰਿਹਾ, ਮੇਰੇ ਤੋਂ ਪਰਾਂ ਜਾ ਰਿਹਾ, ਠੀਕ ਆ। ਟੋਵਰਡਸ ਮੀ ਨਹੀਂ ਆ ਰਿਹਾ, ਮੇਰੇ ਤੋਂ ਪਰਾਂ ਜਾ ਰਿਹਾ। ਸੋ ਉਹੀ ਇਹਦੇ ਵਿੱਚ ਜਿੱਦਾਂ ਕਰੰਟ ਆਪਾਂ ਫਲੋ ਕੀਤਾ, ਹੁਣ ਦੇਖੋ ਇਹਦੇ ਵਿੱਚ ਜਿੱਦਣ ਜਿਹੜੀ ਕੋਇਲ ਦੇ ਵਿੱਚ ਕਰੰਟ ਜਿਹੜਾ ਹੈ ਮੇਰੇ ਵੱਲ ਨੂੰ ਆ ਰਿਹਾ, ਉੱਥੇ ਜਿਹੜੀ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਹੋਊਗੀ ਉਹ ਐਂਟੀ ਕਲੋਕਵਾਈਜ਼ ਹੋਊਗੀ, ਅਤੇ ਜਿਹੜੇ ਕੋਇਲ ਦੇ ਵਿੱਚ ਕਰੰਟ ਜਾ ਰਿਹਾ ਆ, ਠੀਕ ਆ, ਅੱਗੇ ਨੂੰ ਜਾ ਰਿਹਾ, ਉਹਦੇ ਵਿੱਚ ਕੀ ਹੋਊਗੀ, ਕਲੋਕਵਾਈਜ਼ ਡਾਇਰੈਕਸ਼ਨ ਹੋਊਗੀ। ਸੋ ਉਹਦੇ ਅਕੋਰਡਿੰਗ ਹੀ ਕੀ ਆ, ਆਪਣੇ ਕੋਲ ਦੇਖੋ ਇੱਥੇ ਈ ਐੱਮ ਐੱਫ ਇੱਧਰ ਨੂੰ ਲੱਗੀ ਆ, ਅਤੇ ਜਿਹੜੇ ਕੰਡਕਟਰ 'ਚ ਕਰੰਟ ਮੇਰੇ ਵੱਲ ਨੂੰ ਆ ਰਿਹਾ ਆ, ਠੀਕ ਆ, ਡੋਟ ਆ ਜਿਹਦੇ ਵਿੱਚ, ਉਹਦੇ ਉੱਪਰ ਫੋਰਸ ਕੀ ਹੋਊਗੀ, ਉੱਪਰ ਨੂੰ ਲੱਗੂਗਾ। ਦੇਖੋ ਇੱਥੇ ਫੋਰਸ ਕੀ ਲੱਗ ਰਹੀ ਆ, ਉੱਪਰ ਨੂੰ ਲੱਗ ਰਹੀ ਆ, ਅਤੇ ਡਿਫਲੈਕਟਿੰਗ ਟੋਰਕ ਟੀ ਡੀ ਹੈਗਾ, ਡਿਫਲੈਕਟਿੰਗ ਟੋਰਕ ਮੇਰੇ ਕੋਲ ਪ੍ਰੋਡਿਊਸ ਹੋ ਗਿਆ। ਸੋ ਇਹ ਜਿਹੜੀ ਫੋਰਸ ਹੈ ਡਿਪੈਂਡ ਕਰਦੀ ਹੈ ਕਿ ਮੈਗਨੈਟਿਕ ਫੀਲਡ ਅਤੇ ਕਰੰਟ ਦੀ ਕੋਇਲ 'ਚ ਕੀ ਵੈਲਿਊ ਆ। ਦੇਖੋ ਜਿਹੜਾ ਪਰਮਾਨੈਂਟ ਮੈਗਨੈਟ ਆ ਇਹਦੀ ਤਾਂ ਮੈਗਨੈਟਿਕ ਫੀਲਡ ਉਨਾ ਹੀ ਰਹਿਣਾ, ਠੀਕ ਆ। ਜਿਹੜਾ ਇਹਦੇ ਵਿੱਚ ਮੈਗਨੈਟਿਕ ਫੀਲਡ ਆ, ਜਾਂ ਇਹਦਾ ਮੈਗਨੈਟਿਕ ਫੀਲਡ ਆ, ਕੋਇਲ ਦਾ ਜਿਹੜਾ ਮੈਗਨੈਟਿਕ ਫੀਲਡ ਬਣਨਾ ਆ, ਉਹ ਡਿਪੈਂਡ ਕਰੂਗਾ ਕਿ ਕਿੰਨਾ ਆਪਾਂ ਕਰੰਟ ਜਿਹੜਾ ਆ ਮੀਟਰ ਨੂੰ ਦੇ ਰਹੇ ਹਾਂ, ਠੀਕ ਆ। ਸੋ ਬੇਸਿਕ ਪ੍ਰਿੰਸੀਪਲ ਇਹੀ ਹੈ ਇਹਦਾ, ਠੀਕ ਆ। ਮੇਨ ਤੁਸੀਂ ਫਲੈਮਿੰਗਸ ਲੈਫਟ ਹੈਂਡ ਰੂਲ ਅਤੇ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਲਾਅ ਜਿਹੜੇ ਆ ਯਾਦ ਰੱਖਣੇ, ਹਰ ਤੁਹਾਡੇ ਕੰਮ ਆਉਣੇ ਹੀ ਆਉਣੇ ਆ ਫੀਲਡ 'ਚ, ਮਸ਼ੀਨ 'ਚ ਵੀ, ਇੰਸਟਰੂਮੈਂਟ ਦੇ ਵਿੱਚ ਵੀ, ਹੋਰ ਵੀ ਪਾਵਰ ਸਿਸਟਮ 'ਚ ਵੀ, ਇਹ ਤੁਹਾਡੇ ਚੀਜ਼ਾਂ ਕੰਮ ਆਉਣੀਆਂ ਹੀ ਆ। ਸੋ ਨੈਕਸਟ ਆਪਾਂ ਕੰਸਟਰਕਸ਼ਨ ਸਭ ਤੋਂ ਪਹਿਲਾਂ ਡਿਸਕਸ ਕਰ ਲੈਂਦੇ ਹਾਂ ਕਿ ਜਿਹੜੇ ਪਰਮਾਨੈਂਟ ਮੈਗਨੈਟਿਕ ਮੂਵਿੰਗ ਕੋਇਲ ਹੁੰਦੇ ਆ, ਇਹਦੀ ਕੰਸਟਰਕਸ਼ਨ ਜਿਹੜੀ ਹੁੰਦੀ ਆ ਉਹ ਕਿਹੋ ਜਿਹੀ ਹੁੰਦੀ ਆ। ਸੋ ਡਾਇਗ੍ਰਾਮ ਤਾਂ ਇੱਕ ਦੇ ਵੀ ਮੈਂ ਤੁਹਾਨੂੰ ਤਿੰਨ ਡਾਇਗ੍ਰਾਮ ਹੀ ਸ਼ੋਅ ਕਰ ਰਿਹਾ ਇਸ ਕਰਕੇ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਦੇਵੇ, ਕਿਉਂਕਿ ਜੇ ਤੁਹਾਨੂੰ ਕੰਸਟਰਕਸ਼ਨ ਇਹਦੀ ਸਮਝ ਲੱਗੂ ਤਾਂ ਹੀ ਆਪਾਂ ਚੰਗੀ ਤਰ੍ਹਾਂ ਇਹਦੀ ਵਰਕਿੰਗ ਕਰ ਸਕਦੇ ਹਾਂ। ਸੋ ਕੰਸਟਰਕਸ਼ਨ 'ਚ ਕੀ ਹੁੰਦਾ, ਸਭ ਤੋਂ ਪਹਿਲਾਂ ਇਹਦੇ ਵਿੱਚ ਆਪਣੇ ਕੋਲ ਕਾਫੀ ਪਾਰਟਸ ਹੁੰਦੇ, ਉਹ ਪਾਰਟ ਵਾਈਜ਼ ਹੀ ਆਪਾਂ ਡਿਸਕਸ ਕਰਨਾ। ਸੋ ਸਭ ਤੋਂ ਪਹਿਲਾਂ ਮੂਵਿੰਗ ਕੋਇਲ ਹੁੰਦੀ ਆ, ਠੀਕ ਆ। ਸੋ ਕੋਇਲ ਕੀ ਹੁੰਦੀ ਹੈ, ਕਰੰਟ ਕੈਰਿੰਗ ਪਾਰਟ ਹੁੰਦਾ ਇੰਸਟਰੂਮੈਂਟ ਦਾ, ਜਿਹੜਾ ਕਿ ਫਰੀਲੀ ਮੂਵੇਬਲ ਹੁੰਦਾ। ਜਿੱਦਾਂ ਆਪਾਂ ਬਾਕੀ ਇੰਸਟਰੂਮੈਂਟ ਦੇ ਵਿੱਚ ਆ ਦੇਖੋ ਪੜਿਆ ਸੀਗਾ, ਇਹਦੇ ਵਿੱਚ ਕਿਸੇ ਆ ਫਿਕਸਡ ਸੀਗੀ ਕੋਇਲ, ਇਹਦੇ ਵਿੱਚ ਜਿਹੜਾ ਦੂਸਰਾ ਇੰਸਟਰੂਮੈਂਟ ਸੀ ਇਹਦੇ ਵਿੱਚ ਵੀ ਫਿਕਸਡ ਸੀਗੀ ਫੀਲਡ ਕੋਇਲ, ਬਟ ਜਿਹੜਾ ਮੂਵਿੰਗ ਕੋਇਲ ਇੰਸਟਰੂਮੈਂਟ ਹੈ ਇਹਦੇ ਵਿੱਚ ਜਿਹੜੀ ਕੋਇਲ ਹੁੰਦੀ ਹੈ ਮੂਵੇਬਲ ਹੁੰਦੀ ਹੈ।
ਸੋ ਕੋਇਲ ਜਿਹੜੀ ਹੁੰਦੀ ਹੈ ਰੈਕਟੈਂਗੂਲਰ ਫੋਰਮਲ ਦੇ ਆਪਾਂ ਫੋਰਮਰ ਦੇ ਉੱਪਰ ਲਾਈ ਹੁੰਦੀ ਜਿਹੜਾ ਕਿ ਐਲੂਮੀਨੀਅਮ ਦਾ ਬਣਿਆ ਹੁੰਦਾ ਅਤੇ ਫੋਰਮਰ ਕੀ ਕਰਦਾ ਆ ਇਨਕਰੀਜ਼ ਕਰ ਦਿੰਦਾ ਰੇਡੀਅਲ ਠੀਕ ਆ ਅਤੇ ਯੂਨੀਫਾਰਮ ਮੈਗਨੈਟਿਕ ਫੀਲਡ ਨੂੰ ਪ੍ਰੋਡਿਊਸ ਕਰਦਾ ਠੀਕ ਆ ਫੋਰਮਰ ਕੀ ਕਰਦਾ ਇਨਕਰੀਜ਼ ਦਾ ਰੇਡੀਅਲ ਐਂਡ ਯੂਨੀਫਾਰਮ ਮੈਗਨੈਟਿਕ ਫੀਲਡ ਬਿਟਵੀਨ ਦਾ ਏਅਰ ਗੈਪ ਸੋ ਏਅਰ ਗੈਪ ਦੇ ਵਿੱਚ ਇਹ ਕੀ ਕਰਦਾ ਮੈਗਨੈਟਿਕ ਫੀਲਡ ਨੂੰ ਯੂਨੀਫਾਰਮ ਅਤੇ ਰੇਡੀਅਲ ਕਰ ਦਿੰਦਾ ਅਤੇ ਜਿਹੜੀ ਕੋਇਲ ਹੁੰਦੀ ਹੈ ਇਹ ਬਾਊਂਡ ਕਿਹਦੇ ਨਾਲ ਕੀਤੀ ਹੁੰਦੀ ਹੈ ਸਿਲਕ ਕਵਰ ਕੋਪਰ ਵਾਇਰ ਦੇ ਨਾਲ ਠੀਕ ਆ ਉਹ ਤੁਹਾਨੂੰ ਪਤਾ ਜਿਹੜੀ ਕੋਇਲ ਹੁੰਦੀ ਹੈ ਇਹ ਕੋਪਰ ਵਾਇਰ ਦੇ ਨਾਲ ਹੀ ਆਪਾਂ ਬਣਾਉਂਦੇ ਹਾਂ ਜਿੰਨੀ ਵੀ ਚਾਹੇ ਮੋਟਰ ਦੀ ਕੋਇਲ ਹੋਵੇ ਜਨਰੇਟਰ ਦੀ ਹੋਵੇ ਜਾਂ ਇਹਦੇ ਵਿੱਚ ਵੀ ਜਿਹੜੀ ਆਪਾਂ ਕੋਇਲ ਬਣਾਵਾਂਗੇ ਉਹ ਕਿਹਦੀ ਬਣਾਵਾਂਗੇ ਕੋਪਰ ਦੀ ਸੋ ਆਹ ਕੋਇਲ ਜਿਹੜੀ ਹੋਊਗੀ ਆਹ ਆਲੇ ਦੁਆਲੇ ਕੋਇਲ ਆ ਆਹ ਕੋਇਲ ਜਾਂ ਫਿਰ ਇੱਥੇ ਆਹ ਕੋਇਲ ਆ ਇਹ ਕਿਹਦੀ ਬਣੀ ਹੋਊਗੀ ਕੋਪਰ ਮਟੀਰੀਅਲ ਦੀ ਬਣੀ ਹੋਊਗੀ ਅਤੇ ਇਹਨੂੰ ਬਾਊਂਡ ਕਿਹਦੇ ਉੱਪਰ ਕੀਤਾ ਹੋਊਗਾ ਆਪਾਂ ਐਲੂਮੀਨੀਅਮ ਫੋਰਮਰ ਦੇ ਉੱਪਰ ਬਾਊਂਡ ਕੀਤਾ ਹੋਊਗਾ ਐਲੂਮੀਨੀਅਮ ਫੋਰਮਰ ਦੇ ਉੱਪਰ ਆਪਾਂ ਇਸ ਕਰਕੇ ਬਾਊਂਡ ਕੀਤਾ ਤਾਂ ਕਿ ਜਿਹੜਾ ਮੈਗਨੈਟਿਕ ਫੀਲਡ ਆ ਯੂਨੀਫਾਰਮਲੀ ਅਤੇ ਰੇਡੀਅਲੀ ਡਿਸਟ੍ਰੀਬਿਊਟ ਹੋ ਜਾਵੇ ਪੂਰੀ ਕੋਇਲ ਦੇ ਉੱਪਰ ਇਸ ਕਰਕੇ ਆਪਾਂ ਇਹਨੂੰ ਐਲੂਮੀਨੀਅਮ ਫੋਰਮਰ ਦੇ ਉੱਪਰ ਆਪਾਂ ਕੀਤਾ ਹੁੰਦਾ ਬਾਊਂਡ ਸੋ ਇਹਦੇ ਵਿੱਚ ਆ ਦੇਖੋ ਪਰਮਾਨੈਂਟ ਮੈਗਨੈਟ ਵੀ ਹੁੰਦਾ ਯੂ ਸ਼ੇਪ ਦਾ ਇਹ ਵੀ ਆਪਾਂ ਅੱਗੇ ਪਾਰਟਸ ਪੜ੍ਹਦੇ ਹਾਂ ਇਹਦੇ ਸੋ ਇਹ ਨੈਕਸਟ ਮੇਰੇ ਕੋਲ ਆਪਾਂ ਮੂਵਿੰਗ ਕੋਇਲ ਕੀਤੀ ਉਸ ਤੋਂ ਬਾਅਦ ਮੇਰੇ ਕੋਲ ਕੰਸਟਰਕਸ਼ਨ 'ਚ ਆਉਂਦਾ ਮੈਗਨੈਟਿਕ ਸਿਸਟਮ ਸੋ ਜਿਹੜਾ ਆਹ ਦੇਖੋ ਮੈਗਨੈਟਿਕ ਸਿਸਟਮ ਜਿਹੜਾ ਹੁੰਦਾ ਪਰਮਾਨੈਂਟ ਮੈਗਨੈਟ ਦੀ ਆਪਾਂ ਇੱਥੇ ਗੱਲ ਕਰ ਰਹੇ ਹਾਂ ਇਲੈਕਟਰੋ ਮੈਗਨੈਟ ਦੀ ਨਹੀਂ ਪਰਮਾਨੈਂਟ ਮੈਗਨੈਟ ਆਹ ਦੇਖੋ ਨੌਰਥ ਸਾਊਥ ਇੱਥੇ ਵੀ ਨੌਰਥ ਸਾਊਥ ਇਹ ਕੀ ਆ ਪਰਮਾਨੈਂਟ ਮੈਗਨੈਟ ਆ ਸੋ ਇਹ ਜਿਹੜਾ ਮੈਗਨੈਟ ਹੁੰਦਾ ਨਾ ਯੂ ਸ਼ੇਪ ਦਾ ਹੁੰਦਾ ਦੇਖੋ ਜਿੱਦਾਂ ਇੱਥੇ ਹੌਰਸ ਸ਼ੂ ਦੀ ਸ਼ੇਪ ਦਾ ਵੀ ਆਪਾਂ ਇਹਨੂੰ ਕਹਿ ਸਕਦੇ ਹਾਂ ਠੀਕ ਆ ਹੌਰਸ ਸ਼ੂ ਦੀ ਸ਼ੇਪ ਦਾ ਵੀ ਕਹਿ ਸਕਦੇ ਹਾਂ ਜਾਂ ਯੂ ਸ਼ੇਪ ਦਾ ਵੀ ਆਪਾਂ ਕਹਿ ਸਕਦੇ ਹਾਂ ਸੋ ਮੋਸਟਲੀ ਐਲਨੀਕੋ ਜਿਹੜਾ ਹੁੰਦਾ ਨਾ ਐਲਨੀਕੋ ਦਾ ਜਾਂ ਐਲਕੋਮੈਕਸ ਦਾ ਜਿਹੜਾ ਹੁੰਦਾ ਨਾ ਮਟੀਰੀਅਲ ਦਾ ਬਣਿਆ ਹੁੰਦਾ ਪਰਮਾਨੈਂਟ ਮੈਗਨੈਟ ਹੁੰਦਾ ਜਿਹੜਾ ਠੀਕ ਆ ਸੋ ਇਹਦੀ ਹਾਈ ਕੋਰੇਸੀ ਫੋਰਸ ਹੁੰਦੀ ਕੋਰੇਸੀ ਫੋਰਸ ਤੁਸੀਂ ਆਪਾਂ ਸਟੈਸਿਸ ਲੂਪ ਦਾ ਪੜ੍ਹਿਆ ਸੀ ਉਹ ਟੋਪਿਕ ਉਹਦੇ ਵਿੱਚ ਤੁਸੀਂ ਪੜ੍ਹੀ ਵੀ ਹੋਣੀ ਆ ਠੀਕ ਆ ਕੋਰੇਸੀ ਫੋਰਸ ਕੀ ਚੀਜ਼ ਹੁੰਦੀ ਆ ਸੋ ਇਹਦੀ ਜਿਹੜੀ ਕੋਰੇਸੀ ਫੋਰਸ ਹੁੰਦੀ ਆ ਬਹੁਤ ਜ਼ਿਆਦਾ ਹੁੰਦੀ ਆ ਜਿਹੜਾ ਆਪਾਂ ਮੈਗਨੈਟ ਇਹਦੇ ਵਿੱਚ ਯੂਜ਼ ਕਰਦੇ ਹਾਂ ਬਟ ਮੇਨ ਯਾਦ ਰੱਖਣਾ ਪਰਮਾਨੈਂਟ ਮੈਗਨੈਟ ਹੁੰਦਾ ਯੂ ਸ਼ੇਪ ਦਾ ਹੁੰਦਾ ਐਲਨੀਕੋ ਜਾਂ ਐਲਕੋਮੈਕਸ ਦਾ ਬਣਿਆ ਹੁੰਦਾ ਹੈ ਨੈਕਸਟ ਆਉਂਦਾ ਕੰਟਰੋਲ ਸੋ ਕੰਟਰੋਲ ਦਾ ਮਤਲਬ ਹੈਗਾ ਵੀ ਕੰਟਰੋਲਿੰਗ ਟੋਰਕ ਆਪਾਂ ਕਿੱਦਾਂ ਪ੍ਰੋਵਾਈਡ ਕਰਾਉਣਾ ਸੋ ਕੰਟਰੋਲਿੰਗ ਟੋਰਕ ਪ੍ਰੋਵਾਈਡ ਕਰਨ ਵਾਸਤੇ ਆਪਾਂ ਕੀ ਕਰਦੇ ਹਾਂ ਇੱਥੇ ਸਪਰਿੰਗ ਅਟੈਚ ਕੀਤਾ ਹੁੰਦਾ ਨਾਲ ਕੰਟਰੋਲਿੰਗ ਟੋਰਕ ਦਾ ਤੁਹਾਨੂੰ ਲਾਸਟ ਤੋਂ ਲਾਸਟ ਜਿਹੜਾ ਫਸਟ ਲੈਕਚਰ ਸੀ ਉਹਦੇ ਵਿੱਚ ਦੱਸਿਆ ਸੀ ਵੀ ਕੀ ਹੁੰਦਾ ਆਪਣੇ ਕੋਲ ਕੰਟਰੋਲਿੰਗ ਟੋਰਕ ਸੋ ਉਹਦੇ ਵਾਸਤੇ ਆਪਾਂ ਕੀ ਕੀਤਾ ਹੁੰਦਾ ਆ ਦੇਖੋ ਸਪਰਿੰਗ ਅਟੈਚ ਕੀਤਾ ਹੋਇਆ ਬ੍ਰੌਂਜ਼ ਦਾ ਸਪਰਿੰਗ ਬਣਿਆ ਹੁੰਦਾ ਜਵੈਲਡ ਪੁਆਇੰਟ ਦੇ ਉੱਪਰ ਇਹ ਕੀ ਹੁੰਦਾ ਪਿਵਟਡ ਹੁੰਦਾ ਠੀਕ ਹੈ ਯਾਦ ਰੱਖਿਓ ਬ੍ਰੌਂਜ਼ ਮਟੀਰੀਅਲ ਦਾ ਸਪਰਿੰਗ ਜਿਹੜਾ ਹੁੰਦਾ ਇਹ ਬਣਿਆ ਹੁੰਦਾ ਆ ਦੇਖੋ ਇੱਥੇ ਵੀ ਸਪਰਿੰਗ ਲੱਗਾ ਹੋਇਆ ਠੀਕ ਹੈ ਪਿਵਟਡ ਐਂਡ ਜਵੈਲਡ ਬੇਰਿੰਗ ਸੋ ਜਵੈਲਡ ਪਿਵਟਡ ਪਿਵਟਡ ਮਤਲਬ ਹੁੰਦਾ ਇੱਕ ਪੁਆਇੰਟ ਦੇ ਉੱਪਰ ਆਪਾਂ ਨੂੰ ਅਟੈਚ ਕੀਤਾ ਹੋਇਆ ਜਿੱਥੋਂ ਮੂਵ ਕਰਦਾ ਪਿਆ ਇੱਕ ਸਿੰਪਲ ਪੁਆਇੰਟ 'ਤੇ ਠੀਕ ਆ ਸੋ ਇੱਥੇ ਇੱਕ ਪੁਆਇੰਟ ਆ ਜਿਹਦੇ ਵਿੱਚ ਆਪਣੀ ਸਪਿੰਡਲ ਅਟੈਚ ਆ ਅਤੇ ਉਹਦੇ ਨਾਲ ਹੀ ਮੇਰਾ ਕੀ ਆ ਸਪਰਿੰਗ ਅਟੈਚਡ ਆ ਨੈਕਸਟ ਹੈ ਇਹਦਾ ਡੈਂਪਿੰਗ ਸੋ ਡੈਂਪਿੰਗ ਦਾ ਹੁੰਦਾ ਵੀ ਡੈਂਪਿੰਗ ਟੋਰਕ ਦਾ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਡਿਫਲੈਕਸ਼ਨ ਹੁੰਦੀ ਆ ਉਹਨੂੰ ਜਿਹੜਾ ਆਪਾਂ ਰਿਡਿਊਸ ਕਰਨਾ ਹੁੰਦਾ ਜਿਹੜੀ ਓਸੀਲੇਸ਼ਨਸ ਹੁੰਦੀਆਂ ਉਹਨੂੰ ਆਪਾਂ ਕੀ ਕਰਨਾ ਹੁੰਦਾ ਰਿਡਿਊਸ ਕਰਨਾ ਹੁੰਦਾ ਉਹਦੇ ਵਾਸਤੇ ਆਪਾਂ ਕੀ ਕਰਦੇ ਹਾਂ ਡੈਂਪਿੰਗ ਟੋਰਕ ਪ੍ਰੋਵਾਈਡ ਕਰਵਾਉਂਦੇ ਹਾਂ ਸੋ ਏਅਰ ਫ੍ਰਿਕਸ਼ਨ ਡੈਂਪਿੰਗ ਜਿਹੜੀ ਹੁੰਦੀ ਆ ਉਹੀ ਮੋਸਟਲੀ ਆਪਾਂ ਇਹਦੇ ਵਿੱਚ ਜਿਹੜੀ ਆ ਯੂਜ਼ ਕਰਦੇ ਹਾਂ ਨੈਕਸਟ ਹੈ ਇਹਦਾ ਪੁਆਇੰਟਰ ਅਤੇ ਸਕੇਲ ਸੋ ਪੁਆਇੰਟਰ ਜਿਹੜਾ ਹੁੰਦਾ ਇਹ ਮੂਵਿੰਗ ਕੋਇਲ ਦੇ ਨਾਲ ਹੀ ਲੱਗਾ ਹੁੰਦਾ ਦੇਖੋ ਇਹਦਾ ਪੁਆਇੰਟਰ ਇੱਥੇ ਸ਼ੋਅ ਨਹੀਂ ਕੀਤਾ ਹੋਇਆ ਆਹ ਦੇਖੋ ਇੱਥੇ ਪੁਆਇੰਟਰ ਸ਼ੋਅ ਕੀਤਾ ਹੋਇਆ ਆਹ ਮੇਰੇ ਕੋਲ ਸਕੇਲ ਆ ਪੁਆਇੰਟਰ ਆ ਅਤੇ ਕੀ ਆ ਦੇਖੋ ਜਿਹੜੀ ਸਪਿੰਡਲ ਆ ਉਹਦੇ ਨਾਲ ਹੀ ਜਾਂ ਉਹ ਅਟੈਚ ਕੀਤਾ ਹੋਇਆ ਅਤੇ ਜਿਹੜਾ ਸਪਿੰਡਲ ਆ ਉਹ ਕੋਇਲ ਨਾਲ ਹੀ ਲੱਗਾ ਹੋਇਆ ਠੀਕ ਹੈ ਸੋ ਆਹ ਕੋਇਲ ਆ ਮੂਵੇਬਲ ਕੋਇਲ ਇਹਦੇ ਨਾਲ ਹੀ ਆ ਦੇਖੋ ਕੀ ਆ ਪੁਆਇੰਟਰ ਅਟੈਚ ਕੀਤਾ ਹੋਇਆ ਆਪਾਂ ਬਾਕੀ ਜਦੋਂ ਵੀ ਆਪਣਾ ਜਿਹੜਾ ਪੁਆਇੰਟਰ ਨੂੰ ਸਿਲੈਕਟ ਕਰਨਾ ਤਾਂ ਲਾਈਟ ਹੀ ਮਟੀਰੀਅਲ ਦਾ ਪੁਆਇੰਟਰ ਜਿਹੜਾ ਹੁੰਦਾ ਇਹਨੂੰ ਸਿਲੈਕਟ ਕਰਨਾ ਕਿਉਂਕਿ ਜੇ ਹੈਵੀ ਮਟੀਰੀਅਲ ਦਾ ਹੋਇਆ ਤਾਂ ਮੂਵਮੈਂਟ ਦੇ ਉੱਪਰ ਅਤੇ ਆਪਣੀ ਜਿਹੜੀ ਐਕੂਰੇਸੀ ਆ ਉਹ ਰਿਡਿਊਸ ਹੋ ਜਾਣੀ ਹੈ ਤਾਂ ਮੂਵਮੈਂਟ 'ਤੇ ਵੀ ਫਰਕ ਪਊਗਾ ਅਤੇ ਐਕੂਰੇਸੀ ਵੀ ਜਿਹੜੀ ਆ ਰਿਡਿਊਸ ਹੋ ਜਾਣੀ ਆ ਇਹਦੀ ਸੋ ਇਹਦੀ ਜਿਹੜੀ ਸੀਗੀ ਮੇਨ ਜਿਹੜੀ ਸੀਗੀ ਆਪਣੀ ਕੰਸਟਰਕਸ਼ਨ ਸੀਗੀ ਕੰਸਟਰਕਸ਼ਨ ਦੇ ਮੇਨ ਮੇਨ ਪਾਰਟ ਜਿਹੜੇ ਸੀਗੇ ਇਹਦੇ ਵਿੱਚ ਕਿਸੇ ਇੱਕ ਆਪਣੇ ਕੋਲ ਕੋਇਲ ਆ ਜਾਂਦੀ ਆ ਠੀਕ ਆ ਦੈਨ ਆਪਣੇ ਕੋਲ ਮੈਗਨੈਟਿਕ ਸਿਸਟਮ ਆ ਜਾਂਦਾ ਕੰਟਰੋਲ ਸਿਸਟਮ ਆ ਜਾਂਦਾ ਡੈਂਪਿੰਗ ਸਿਸਟਮ ਆ ਜਾਂਦਾ ਅਤੇ ਫਿਰ ਆਪਣੇ ਕੋਲ ਕੀ ਆਦਾ ਪੁਆਇੰਟਰ ਆ ਜਾਂਦਾ ਦੈਨ ਆਪਣੇ ਕੋਲ ਆ ਜਾਂਦੀ ਆ ਵੀ ਇਹਦੀ ਵਰਕਿੰਗ ਕੀ ਆ ਵਰਕਿੰਗ ਇਹਦੀ ਦੇਖੋ ਬਹੁਤ ਈਜ਼ੀ ਆ ਠੀਕ ਆ ਵਰਕਿੰਗ ਦੇ ਵਿੱਚ ਮੈਂ ਤੁਹਾਨੂੰ ਇੱਥੇ ਦੱਸ ਦਿੰਦਾ ਸੋ ਇੱਥੇ ਆਪਾਂ ਪ੍ਰਿੰਸੀਪਲ ਕੀ ਪੜਿਆ ਸੀਗਾ ਵੀ ਜਦੋਂ ਵੀ ਆਪਾਂ ਕੀ ਆ ਕਰੰਟ ਕੈਰੀਇੰਗ ਕੰਡਕਟਰ ਨੂੰ ਮੈਗਨੈਟਿਕ ਫੀਲਡ ਦੇ ਵਿੱਚ ਪਲੇਸ ਕਰਦੇ ਹਾਂ ਤਾਂ ਉੱਥੇ ਮਕੈਨੀਕਲ ਫੋਰਸ ਜਿਹੜੀ ਆ ਉਹ ਐਗਜ਼ਰਟ ਹੋ ਜਾਂਦੀ ਹੈ ਸਿਮੀਲਰਲੀ ਹੁਣ ਦੇਖੋ ਆਪਣੇ ਕੋਲ ਇੱਥੇ ਜਿਹੜੀ ਕੋਇਲ ਆ ਇਹ ਜਿਹੜੀ ਕੋਇਲ ਆ ਇਹ ਕਰੰਟ ਕੈਰੀਇੰਗ ਕੋਇਲ ਆ ਜਾਂ ਫਿਰ ਇੱਥੋਂ ਲਿਓ ਆ ਦੇਖੋ ਇਹ ਜਿਹੜੀ ਕੋਇਲ ਆ ਇਹ ਕਰੰਟ ਕੈਰੀਇੰਗ ਕੋਇਲ ਆ ਠੀਕ ਆ ਇਹਨੂੰ ਆਪਾਂ ਕੀ ਆ ਇੱਕ ਐਂਡ ਤੋਂ ਸਪਲਾਈ ਦੇਣੀ ਆ ਹੁਣ ਇਹ ਜਿਹੜੀ ਕਰੰਟ ਕੈਰੀਇੰਗ ਕੋਇਲ ਆ ਇਹਨੂੰ ਆਪਾਂ ਮੈਗਨੈਟਿਕ ਫੀਲਡ ਦੇ ਵਿੱਚ ਪਲੇਸ ਕੀਤਾ ਹੋਇਆ ਸੋ ਜਦੋਂ ਵੀ ਆਪਾਂ ਕੀ ਆ ਇਹਨੂੰ ਸਪਲਾਈ ਜਿੱਦਾਂ ਮੰਨ ਲਓ ਨੌਰਥ ਸਾਊਥ ਆ ਇਹ ਇੱਥੋਂ ਨੌਰਥ ਤੋਂ ਸਾਊਥ ਵੱਲ ਲਾਈਨਸ ਜਾ ਰਹੀਆਂ ਤੁਸੀਂ ਜਿਹੜੀ ਆ ਸੈਂਟਰ ਦੇ ਵਿੱਚ ਕੋਇਲ ਆ ਇਹਨੂੰ ਆਪਾਂ ਸਪਲਾਈ ਦਿੱਤੀ ਤਾਂ ਇਹਦੇ ਨਾਲ ਕੀ ਹੋਣਾ ਆਪਣੇ ਕੋਲ ਜਿਹੜੀ ਆ ਫੋਰਸ ਜਿਹੜੀ ਆ ਉਹ ਐਗਜ਼ਰਟ ਹੋ ਜਾਣੀ ਆ ਕੋਇਲ ਦੇ ਉੱਪਰ ਜਿਹਦੇ ਕਰਕੇ ਕੋਇਲ ਜਿਹੜੀ ਹੋਣੀ ਆ ਉਹਨੇ ਰੋਟੇਟ ਕਰਨਾ ਸਟਾਰਟ ਕਰ ਦੇਣਾ ਸੋ ਦੇਖੋ ਵੈਨ
ਉਹਨੇ ਕੀ ਕਰਨਾ, ਕੋਇਲ ਨੂੰ ਮੂਵ ਕਰਾਉਣਾ। ਜਦੋਂ ਕੋਇਲ ਮੂਵ ਹੋਈ, ਕੋਇਲ ਨਾਲ ਹੀ ਸਪਿੰਡਲ ਮੂਵ ਹੋਣਾ, ਸਪਿੰਡਲ ਦੇ ਨਾਲ ਹੀ ਆ ਪੁਆਇੰਟਰ ਜਿਹੜਾ ਇਹ ਵੀ ਮੂਵ ਹੋਣਾ। ਠੀਕ ਆ, ਕੋਇਲ ਆ ਦੇਖੋ, ਕੋਇਲ ਮੂਵ ਹੋਣੀ ਆ, ਕੋਇਲ ਨਾਲ ਸਪਿੰਡਲ ਮੂਵ ਹੋਣਾ ਅਤੇ ਨਾਲ ਉਹਦੇ ਪੁਆਇੰਟਰ ਵੀ ਮੂਵ ਹੋ ਜਾਣਾ। ਸੋ ਇਹ ਹੁੰਦੀ ਹੈ ਵੀ ਜਿਹੜੀ ਆ ਵਰਕਿੰਗ ਆ, ਸੋ ਪੁਆਇੰਟਰ ਜਿਹੜਾ ਮੂਵ ਹੋਣਾ ਸਪਿੰਡਲ ਦੇ ਨਾਲ ਕੈਲੀਬਰੇਟਡ ਸਕੇਲ ਦੇ ਉੱਪਰ। ਬਾਕੀ ਇਹ ਜਿਹੜੇ ਹੁੰਦੇ ਆ ਇੰਸਟਰੂਮੈਂਟਸ ਹੁੰਦੇ ਆ ਨਾ, ਇਹਨਾਂ ਦੇ ਵਿੱਚ ਕੀ ਹੁੰਦਾ, ਇਹਨਾਂ ਨੂੰ ਆਪਾਂ ਇੱਕੋ ਡਾਇਰੈਕਸ਼ਨ ਦੇ ਵਿੱਚ ਯੂਜ਼ ਕਰ ਸਕਦੇ ਹਾਂ। ਸੋ ਇਹਨੂੰ ਆਪਾਂ ਏ ਸੀ ਸਪਲਾਈ 'ਤੇ ਨਹੀਂ ਕਦੇ ਵੀ ਯੂਜ਼ ਕਰ ਸਕਦੇ, ਇਹਨੂੰ ਆਪਾਂ ਸਿਰਫ ਅਤੇ ਸਿਰਫ ਡੀ ਸੀ ਸਪਲਾਈ ਦੇ ਨਾਲ ਹੀ ਯੂਜ਼ ਕਰਦੇ ਹਾਂ। ਇਹਨੂੰ ਆਪਾਂ ਰਿਵਰਸ ਜਿਹੜਾ ਹੈ ਨਾ, ਉਹਦੇ ਨਾਲ ਰਿਵਰਸ ਸਪਲਾਈ ਦੇ ਵਿੱਚ ਨਹੀਂ ਆਪਾਂ ਯੂਜ਼ ਕਰ ਸਕਦੇ। ਯਾਨੀ ਕਿ ਇਹਦੇ ਕਨੈਕਸ਼ਨ ਜੇ ਆਪਾਂ ਰਿਵਰਸ ਕਰਾਂਗੇ ਨਾ, ਤਾਂ ਫਿਰ ਇਹ ਜਿਹੜਾ ਇੰਸਟਰੂਮੈਂਟ ਆ ਨਾ, ਇਹ ਕੰਮ ਨਹੀਂ ਕਰੂਗਾ। ਯਾਨੀ ਕਿ ਇਹਦੇ ਕਰੈਕਸ਼ਨ ਜਿਹੜੇ ਕਨੈਕਸ਼ਨ ਨਾ, ਉਹ ਆਪਾਂ ਨੂੰ ਇਹਦੇ ਪ੍ਰੋਪਰ ਅਤੇ ਸਹੀ ਕਰਾਂਗੇ ਆਪਾਂ, ਤਾਂ ਹੀ ਇਹ ਇੰਸਟਰੂਮੈਂਟ ਜਿਹੜਾ ਵਰਕ ਕਰੂਗਾ। ਕਿਉਂਕਿ ਦੇਖੋ, ਆਪਾਂ ਜਦੋਂ ਕਨੈਕਸ਼ਨ ਚੇਂਜ ਕਰਤੇ ਆ, ਮੰਨ ਲਓ ਆਪਣੇ ਇੰਸਟਰੂਮੈਂਟ ਦੇ, ਤਾਂ ਜਿਹੜਾ ਉਹਦਾ ਮੂਵੇਬਲ ਕੋਇਲ ਆ ਜਾਂ ਉਹਦੀ ਜਿਹੜੀ ਕੋਇਲ ਆ, ਜਿੱਦਾਂ ਆਹ ਦੇਖੋ ਆਹ ਕੋਇਲ ਆ, ਜਦੋਂ ਆਪਾਂ ਕਨੈਕਸ਼ਨ ਚੇਂਜ ਕਰਦਾ, ਇਹਦੇ ਵਿੱਚ ਤਾਂ ਦੇਖੋ ਕਰੰਟ ਦੀ ਡਾਇਰੈਕਸ਼ਨ ਚੇਂਜ ਹੋ ਜਾਣੀ ਆ, ਬਟ ਜਿਹੜਾ ਪਰਮਾਨੈਂਟ ਮੈਗਨੇਟ ਆ, ਇਹਦੀ ਡਾਇਰੈਕਸ਼ਨ ਤਾਂ ਨਹੀਂ ਨਾ ਚੇਂਜ ਹੋਣੀ। ਇਸ ਕਰਕੇ ਜਿਹੜਾ ਮੇਰਾ ਡਿਫਲੈਕਟਿੰਗ ਟੋਰਕ ਆ ਨਾ, ਇਹ ਜਿਹੜਾ ਆ ਉਲਟ ਸਾਈਡ ਨੂੰ ਲੱਗਣਾ ਕਰਕੇ ਆਪਣੇ ਕੋਲ ਕੋਈ ਵੀ ਜਿਹੜੀ ਆ ਰੀਡਿੰਗ ਨਹੀਂ ਸ਼ੋ ਹੋਣੀ। ਇਸ ਕਰਕੇ ਇਹ ਜਿਹੜੇ ਇੰਸਟਰੂਮੈਂਟ ਹੁੰਦੇ ਆ ਨਾ, ਇਹਨਾਂ ਨੂੰ ਹਮੇਸ਼ਾ ਜਿਹੜਾ ਆ ਕਰੈਕਟਲੀ ਜਿਹੜਾ ਨਾ ਪਲੈਰਟੀ ਜਿਹੜੀ ਆ ਇਹਦੀ ਸਹੀ ਲਾਉਣੀ ਚਾਹੀਦੀ ਆ। ਠੀਕ ਆ, ਸਹੀ ਪਲੈਰਟੀ ਆਪਾਂ ਲਾਵਾਂਗੇ ਤਾਂ ਹੀ ਆਪਣੇ ਕੋਲ ਰੀਡਿੰਗ ਆਊਗੀ। ਰਿਵਰਸ ਡਾਇਰੈਕਸ਼ਨ ਦੇ ਵਿੱਚ ਕਦੀ ਵੀ ਇਹ ਇੰਸਟਰੂਮੈਂਟ ਜਿਹੜੇ ਆ ਕੰਮ ਨਹੀਂ ਕਰਨਗੇ। ਇਹੀ ਵਜ੍ਹਾ ਕਿ ਇਹਨੂੰ ਆਪਾਂ ਹਮੇਸ਼ਾ ਡੀ ਸੀ 'ਤੇ ਯੂਜ਼ ਕਰਦੇ ਹਾਂ, ਏ ਸੀ 'ਤੇ ਨਹੀਂ ਯੂਜ਼ ਕਰਦੇ, ਕਿਉਂਕਿ ਏ ਸੀ 'ਚ ਪਲੈਰਟੀ ਜਿਹੜੀ ਆ ਨਾ ਚੇਂਜ ਹੁੰਦੀ ਰਹਿੰਦੀ ਹੈ। ਠੀਕ ਆ, ਰੀਜ਼ਨ ਤੁਹਾਨੂੰ ਮੈਂ ਦੱਸਤਾ ਕੀ ਆ ਉਹਦਾ, ਕਿ ਜਿਹੜਾ ਆਪਣਾ ਪਰਮਾਨੈਂਟ ਮੈਗਨੇਟ ਆ, ਇਹਦੀ ਡਾਇਰੈਕਸ਼ਨ ਥੋੜ੍ਹਾ ਨਾ ਚੇਂਜ ਕਰ ਸਕਦੇ ਹਾਂ ਆਪਾਂ। ਜਿਹੜੀ ਡਾਇਰੈਕਸ਼ਨ ਚੇਂਜ ਹੋਣੀ ਆ, ਉਹ ਸਿਰਫ ਕੋਇਲ ਦੇ ਵਿੱਚ ਕਰੰਟ ਦੀ ਡਾਇਰੈਕਸ਼ਨ ਚੇਂਜ ਹੋਣੀ ਆ, ਜਿਹਦੇ ਕਰਕੇ ਕੀ ਆ, ਫਿਰ ਓਪੋਜ਼ਿਟ ਸਾਈਡ ਨੂੰ ਲੱਗਣੀ, ਸਹੀ ਸਾਈਡ ਨੂੰ ਫੋਰਸ ਲੱਗਣੀ ਨਹੀਂ, ਜਿਹਦੇ ਕਰਕੇ ਜਿਹੜਾ ਪੁਆਇੰਟਰ ਆ ਉਹਨੇ ਮੂਵ ਨਹੀਂ ਕਰਨਾ ਅਤੇ ਆਪਣੇ ਕੋਲ ਰੀਡਿੰਗ ਨਹੀਂ ਆਉਣੀ। ਠੀਕ ਆ, ਇੱਥੇ ਵੀ ਆ ਦੇਖੋ ਉਹੀ ਲਿਖਿਆ, ਇਫ ਦਾ ਕਰੰਟ ਇਨ ਕੋਇਲ ਰਿਵਰਸ ਦਾ ਡਿਫਲੈਕਸ਼ਨ ਆਫ ਰਿਫਲੈਕਟਿੰਗ ਟੋਰਕ ਵਿਲ ਆਲਸੋ ਬੀ ਰਿਵਰਸ। ਠੀਕ ਆ, ਬਿਕੋਜ਼ ਫੀਲਡ ਪ੍ਰੋਡਿਊਸਡ ਬਾਏ ਪਰਮਾਨੈਂਟ ਮੈਗਨੇਟ ਡਸ ਨੋਟ ਚੇਂਜਸ। ਯਾਨੀ ਕਿ ਜਿਹੜਾ ਪਰਮਾਨੈਂਟ ਮੈਗਨੇਟ ਆ, ਉਹਦਾ ਤਾਂ ਦੇਖੋ ਨੌਰਥ ਟੂ ਸਾਊਥ ਹੀ ਆ ਫੀਲਡ, ਪਰਮਾਨੈਂਟ ਆ ਮੈਗਨੇਟ, ਉਹਨਾਂ ਦਾ ਫੀਲਡ ਥੋੜ੍ਹਾ ਆਪਾਂ ਚੇਂਜ ਕਰ ਸਕਦੇ ਹਾਂ, ਬਟ ਕੋਇਲ ਦਾ ਫੀਲਡ ਆਪਾਂ ਚੇਂਜ ਕਰਤਾ, ਉਹਦੇ ਕਰਕੇ ਡਿਫਲੈਕਟਿੰਗ ਟੋਰਕ ਜਿਹੜਾ ਉਹ ਵੀ ਰਿਵਰਸ ਹੋ ਜਾਣਾ। ਸੋ ਡਿਫਲੈਕਟਿੰਗ ਟੋਰਕ ਜੇ ਰਿਵਰਸ ਹੋ ਗਿਆ, ਆਹ ਜਿਹੜਾ ਪੁਆਇੰਟਰ ਆਏ ਨੇ ਇੱਧਰ ਨੂੰ ਮੂਵ ਕਰਨਾ ਸੀ, ਪਿੱਛੇ ਨੂੰ ਮੂਵ ਕਰਨ ਦਾ ਆਪਾਂ ਨੂੰ ਕੋਈ ਫਾਇਦਾ ਹੀ ਨਹੀਂ ਹੋਣਾ ਉਹਦਾ। ਠੀਕ ਆ, ਡਿਫਲੈਕਟਿੰਗ ਟੋਰਕ ਰਿਵਰਸ ਹੋਣ ਦਾ ਆਪਾਂ ਨੂੰ ਕੋਈ ਫਾਇਦਾ ਹੀ ਨਹੀਂ, ਆਪਣੇ ਕੋਲ ਵੀ ਰੀਡਿੰਗ ਕੋਈ ਨਹੀਂ ਆਉਣੀ। ਸੋ ਇਸ ਕਰਕੇ ਇਹ ਜਿਹੜੇ ਇੰਸਟਰੂਮੈਂਟਸ ਹੁੰਦੇ ਆ, ਇਹਨਾਂ ਨੂੰ ਆਪਾਂ ਕੀ ਆ ਰਿਵਰਸ ਡਾਇਰੈਕਸ਼ਨ ਦੇ ਵਿੱਚ ਨਹੀਂ ਯੂਜ਼ ਕਰ ਸਕਦੇ। ਠੀਕ ਆ, ਅਤੇ ਇਹ ਇੰਸਟਰੂਮੈਂਟ ਇਸੇ ਕਰਕੇ ਆਪਾਂ ਕੀ ਆ ਏ ਸੀ ਦੇ ਉੱਪਰ ਨਹੀਂ ਯੂਜ਼ ਕਰਦੇ, ਕੈਨ ਨੋਟ ਬੀ ਯੂਜ਼ ਔਨ ਏ ਸੀ, ਬਟ ਓਨਲੀ ਯੂ ਵੀ ਕੈਨ ਯੂਜ਼ ਇਟ ਔਨ ਡੀ ਸੀ ਸਪਲਾਈ। ਠੀਕ ਆ, ਸਿਰਫ ਡੀ ਸੀ ਸਪਲਾਈ ਦੇ ਉੱਪਰ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ। ਨੈਕਸਟ ਮੇਰੇ ਕੋਲ ਆ ਜਾਂਦਾ ਵੀ ਐਡਵਾਂਟੇਜਸ ਕੀ ਨੇ। ਸੋ ਇਹ ਜਿਹੜੇ ਇੰਸਟਰੂਮੈਂਟਸ ਹੁੰਦੇ ਆ, ਇਹਨਾਂ ਦਾ ਸਕੇਲ ਯੂਨੀਫਾਰਮ ਹੁੰਦਾ, ਇਹ ਸਭ ਤੋਂ ਮੇਨ ਐਡਵਾਂਟੇਜ ਆ ਇਹਨਾਂ ਦੀ। ਸਕੇਲ ਯੂਨੀਫਾਰਮ ਦਾ ਮਤਲਬ ਕਿ ਡਾਇਰੈਕਟਲੀ ਆਪਾਂ ਨੂੰ ਇਹ ਰੀਡਿੰਗ ਦੇ ਦਿੰਦੇ ਆ, ਆਪਾਂ ਨੂੰ ਸਪੈਸ਼ਲੀ ਕੈਲੀਬਰੇਟ ਨਹੀਂ ਕਰਨਾ ਪੈਂਦਾ। ਜੇ ਕਰੰਟ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਇਹਦੀ ਜਿਹੜੇ ਹੁੰਦਾ ਸਕੇਲ ਹੁੰਦਾ, ਜੇ 2 ਐਂਪੀਅਰ ਕਰੰਟ ਆ ਤਾਂ ਆਪਾਂ ਨੂੰ 2 ਹੀ ਸ਼ੋ ਕਰੂਗਾ, ਨਾ ਕਿ ਆਪਾਂ ਨੂੰ 1 ਸ਼ੋ ਕਰੂਗਾ। ਠੀਕ ਆ, ਫੁੱਲੀ ਆਪਾਂ ਨੂੰ ਕੈਲੀਬਰੇਟ ਕਰਨ ਦੀ ਲੋੜ ਨਹੀਂ, ਡਾਇਰੈਕਟਲੀ ਆਪਾਂ ਇੰਸਟਾਲ ਕਰ ਸਕਦੇ। ਸੋ ਇਹਦੇ ਵਿੱਚ ਕੰਪਲੀਕੇਸ਼ਨਸ ਹੀ ਹੋਣਗੀਆਂ ਇਹਦੇ ਡਿਜ਼ਾਈਨ ਦੇ ਵਿੱਚ, ਜਿਹੜੇ ਇਹ ਇੰਸਟਰੂਮੈਂਟ ਹੋਣਗੇ ਸਕੇਲ ਯੂਨੀਫਾਰਮ ਹੋਣ ਕਰਕੇ। ਬਾਕੀ ਪਾਵਰ ਕੰਜ਼ਮਪਸ਼ਨ ਵੀ ਜਿਹੜੀ ਹੁੰਦੀ ਹੈ ਇਹਨਾਂ ਡਿਵਾਈਸਿਸ ਦੀ, ਬਹੁਤ ਘੱਟ ਹੁੰਦੀ ਹੈ, ਕਿਉਂਕਿ ਇੱਕ ਤਾਂ ਦੇਖੋ ਇਹਦੇ ਵਿੱਚ ਪਰਮਾਨੈਂਟ ਮੈਗਨੇਟਿਕ ਹਾਈ ਆ ਗਿਆ। ਠੀਕ ਆ, ਉਹਦਾ ਫੀਲਡ ਤਾਂ ਪਰਮਾਨੈਂਟ ਹੀ ਰਹਿਣਾ, ਕੋਇਲ ਨੂੰ ਆਪਾਂ ਕਰੰਟ ਦੇਣਾ, ਉਹਦੇ ਵਿੱਚ ਕੋਈ ਇੰਨੇ ਜ਼ਿਆਦਾ ਲੋਸਿਸ ਨਹੀਂ ਹੋਣੇ, ਜਿਹਦੇ ਕਰਕੇ ਇਹ ਜਿਹੜੀ ਕੰਜ਼ਮਪਸ਼ਨ ਆ ਉਹ ਘੱਟ ਹੋਣੀ। ਕੋਈ ਵੀ ਜਿਹੜਾ ਇਹਦਾ ਐਲੂਮੀਨੀਅਮ ਦਾ ਫੋਰਮ ਹੁੰਦਾ, ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਹਿਸਟੈਰੀਸਿਸ ਲੋਸ ਨਹੀਂ ਹੁੰਦੇ, ਜਿੱਦਾਂ ਆਪਾਂ ਰਿਪਲਸ਼ਨ ਟਾਈਪ ਦੇ ਵਿੱਚ ਦੇਖਿਆ ਸੀਗਾ ਨਾ, ਉਹਦੇ ਵਿੱਚ ਹਿਸਟੈਰੀਸਿਸ ਲੋਸ ਆ ਜਾਂਦੇ ਆ, ਜਿਹੜਾ ਮੂਵੇਬਲ ਜਾਂ ਫਿਕਸਡ ਆਇਰਨ ਵੇਨ ਹੁੰਦਾ ਉਹਦੇ ਵਿੱਚ। ਨੈਕਸਟ ਇਹਦਾ ਐਡਵਾਂਟੇਜ ਹੈਗਾ ਆ ਵੀ ਇਹ ਜਿਹੜਾ ਸਿੰਗਲ ਡਿਵਾਈਸ ਆ, ਇਹਦੇ ਨਾਲ ਆਪਾਂ ਅਲੱਗ ਅਲੱਗ ਰੇਂਜਸ ਜਿਹੜੀਆਂ ਆ ਵੋਲਟੇਜ ਦੀਆਂ ਜਾਂ ਕਰੰਟ ਦੀਆਂ ਆਪਾਂ ਯੂਜ਼ ਮੇਅਰ ਕਰ ਸਕਦੇ ਹਾਂ, ਸ਼ੰਟ ਅਤੇ ਮਲਟੀਪਲਾਇਰ ਲਾ ਕੇ। ਸ਼ੰਟ ਅਤੇ ਮਲਟੀਪਲਾਇਰ ਵੀ ਆਪਾਂ ਅੱਗੇ ਪੜ੍ਹਾਂਗੇ ਕੀ ਚੀਜ਼ ਹੁੰਦੀ ਆ, ਬਟ ਅਲੱਗ ਅਲੱਗ ਰੇਂਜ ਜਿਹੜੀਆਂ ਆਪਾਂ ਕਰ ਸਕਦੇ ਹਾਂ। ਜਿੱਦਾਂ ਮੰਨ ਲਓ ਵੋਲਟੇਜ ਆਪਣਾ ਜਿਹੜਾ ਆ ਵੋਲਟਮੀਟਰ, ਜਿੱਦਾਂ ਮੰਨ ਲਓ ਆਪਾਂ ਮੂਵਿੰਗ ਕੋਇਲ ਵੋਲਟਮੀਟਰ ਨੂੰ ਯੂਜ਼ ਕੀਤਾ, ਉਹਦੀ ਰੇਂਜ ਹੈਗੀ ਆ 100 ਵੋਲਟ ਤੱਕ ਦੀ, ਯਾਨੀ ਕਿ 100 ਵੋਲਟ ਹੀ ਮੇਅਰ ਹੋਣੀ ਇਹਦੇ ਨਾਲ। ਬਟ ਜੇ ਮੂਵਿੰਗ ਕੋਇਲ ਇੰਸਟਰੂਮੈਂਟ ਆ ਨਾ, ਉਹਦੇ ਨਾਲ ਆਪਾਂ ਕੀ ਕਰ ਸਕਦੇ ਹਾਂ, ਮਲਟੀਪਲਾਇਰ ਲਾ ਕੇ ਅਤੇ ਉਹਦੀ ਰੇਂਜ ਨੂੰ 200 ਵੋਲਟ ਤੱਕ ਵੀ ਐਕਸਟੈਂਡ ਕਰ ਸਕਦੇ ਹਾਂ। ਯਾਨੀ ਕਿ ਉਹੀ ਮੀਟਰ ਨੂੰ ਯੂਜ਼ ਕਰਕੇ ਆਪਾਂ 100 ਵੋਲਟ ਦੀ ਰੀਡਿੰਗ ਆ ਜਿਹਦੀ ਮੈਕਸੀਮਮ, ਉਹਨੂੰ ਯੂਜ਼ ਕਰਕੇ ਆਪਾਂ 200 ਵੋਲਟ ਤੱਕ ਵੀ ਮੇਅਰ ਕਰ ਸਕਦੇ ਹਾਂ। ਸੋ ਇਹੀ ਆ ਉਹਨੇ ਲਿਖਿਆ ਪੁਆਇੰਟ ਕਿ ਸਿੰਗਲ ਡਿਵਾਈਸ ਮੇਅਰਸ ਦਾ ਡਿਫਰੈਂਟ ਰੇਂਜਸ ਆਫ ਵੋਲਟੇਜ ਐਂਡ ਕਰੰਟ। ਨੈਕਸਟ ਇਹਦੀ ਐਡਵਾਂਟੇਜ ਆ ਕਿ ਦੀਜ਼ ਇੰਸਟਰੂਮੈਂਟਸ ਆਰ ਵੈਰੀ ਐਕੂਰੇਟ ਐਂਡ ਰਿਲਾਇਬਲ। ਯਾਨੀ ਕਿ ਇੰਸਟਰੂਮੈਂਟ ਜਿਹੜੇ ਆ ਬਹੁਤ ਐਕੂਰੇਟ ਹੁੰਦੇ ਆ, ਅਤੇ ਇਹਨਾਂ ਦੀ ਲਾਈਫ ਜਿਹੜੀ ਹੁੰਦੀ ਅੱਛੀ ਹੁੰਦੀ ਆ, ਰਿਲਾਇਬਲ ਹੁੰਦੇ ਆ, ਕਦੀ ਵੀ ਜਲਦੀ ਖਰਾਬ ਨਹੀਂ ਹੁੰਦੇ। ਹੁਣ ਡਿਸਐਡਵਾਂਟੇਜ ਕੀ
ਜਾਂ ਉਹਦੇ ਜਿਹੜੇ ਰੀਡਿੰਗ ਆ ਉਹਦੇ ਵਿੱਚ ਐਰਰ ਆ ਸਕਦਾ। ਸੋ ਫ੍ਰਿਕਸ਼ਨ ਐਂਡ ਟੈਂਪਰੇਚਰ ਮਾਈਟ ਕੋਜ਼ ਸਮ ਐਰਰ। ਨੈਕਸਟ, ਸਮ ਐਰਰ ਆਰ ਆਲਸੋ ਕੋਜ਼ਡ ਡਿਊ ਟੂ ਏਜਿੰਗ ਆਫ ਕੰਟਰੋਲ ਸਪ੍ਰਿੰਗ ਐਂਡ ਪਰਮਾਨੈਂਟ। ਦੇਖੋ, ਇਹ ਜਿਹੜਾ ਇਹ ਕੰਟਰੋਲ ਸਪ੍ਰਿੰਗ ਦੀ ਏਜਿੰਗ ਆ ਨਾ, ਇਹ ਵਾਲਾ ਜਿਹੜਾ ਇਫੈਕਟ ਆ, ਇਹ ਤਾਂ ਆਪਣੇ ਮੂਵਿੰਗ ਆਇਰਨ ਇੰਸਟਰੂਮੈਂਟ ਦੇ ਵਿੱਚ ਵੀ ਆ ਸਕਦਾ, ਕਿਉਂਕਿ ਜਿੱਥੇ ਵੀ ਦੇਖੋ ਆਪਾਂ ਕੰਟਰੋਲ ਸਪ੍ਰਿੰਗ ਨੂੰ ਯੂਜ਼ ਕਰਨਾ ਆ, ਜਿੱਥੇ ਵੀ ਆਪਾਂ ਜਿਹੜੀ ਆ ਜਿਹੜੀ ਆ ਕੰਟਰੋਲਿੰਗ ਟੋਰਕ ਆ ਉਹ ਸਪ੍ਰਿੰਗ ਦੇ ਨਾਲ ਪ੍ਰੋਵਾਈਡ ਕਰਵਾਉਣਾ ਆ, ਉੱਥੇ ਕੀ ਆ ਏਜਿੰਗ ਦਾ ਇਫੈਕਟ ਤਾਂ ਆਉਣਾ ਹੀ ਆ, ਕਿਉਂਕਿ ਸਪ੍ਰਿੰਗ ਜਿਹੜਾ ਹੁੰਦਾ ਉਹਦੀ ਟੈਂਸ਼ਨ ਜਿਹੜੀ ਹੁੰਦੀ ਆ ਉਹ ਏਜ ਦੇ ਨਾਲ ਲੂਜ਼ ਹੋਣ ਲੱਗ ਪੈਂਦੀ। ਸੋ ਇਹ ਸਿਰਫ ਮੂਵਿੰਗ ਆਇਰਨ ਦੇ ਵਿੱਚ ਹੀ ਨਹੀਂ ਡਿਸਐਡਵਾਂਟੇਜ ਹੈ, ਮੂਵਿੰਗ ਕੋਇਲ ਦੇ ਵਿੱਚ ਹੀ ਡਿਸਐਡਵਾਂਟੇਜ ਨਹੀਂ ਹੈਗਾ, ਜੇ ਮੂਵਿੰਗ ਆਇਰਨ ਦੇ ਵਿੱਚ ਵੀ ਆਪਾਂ ਕੰਟਰੋਲ ਸਪ੍ਰਿੰਗ ਯੂਜ਼ ਕਰਦੇ ਹਾਂ ਤਾਂ ਉੱਥੇ ਵੀ ਇਹ ਡਿਸਐਡਵਾਂਟੇਜ ਜਿਹੜਾ ਉਹ ਆ ਜਾਂਦਾ। ਬਟ ਮੂਵਿੰਗ ਕੋਇਲ ਦੇ ਵਿੱਚ ਜਿਹੜਾ ਮੇਨ ਐਰਰ ਜਾਂ ਏਜਿੰਗ ਦੇ ਨਾਲ ਆਪਾਂ ਨੂੰ ਮੇਨ ਇਫੈਕਟ ਪੈਣਾ ਉਹ ਹੈਗਾ ਪਰਮਾਨੈਂਟ ਮੈਗਨੇਟ ਦਾ, ਕਿਉਂਕਿ ਪਰਮਾਨੈਂਟ ਮੈਗਨੇਟ ਜਿਹੜਾ ਹੁੰਦਾ ਇਹਦਾ ਫੀਲਡ ਜਿਹੜਾ ਹੁੰਦਾ ਨਾ ਟਾਈਮ ਦੇ ਨਾਲ ਨਾਲ ਉਨਾ ਸਟਰੋਂਗ ਨਹੀਂ ਰਹਿੰਦਾ, ਜਿਹੜਾ ਫੀਲਡ ਇਹਦਾ ਹੁੰਦਾ ਉਹ ਵੀਕ ਹੋਣ ਲੱਗ ਪੈਂਦਾ ਟਾਈਮ ਦੇ ਨਾਲ। ਸੋ ਜੇ ਇਹਦਾ ਫੀਲਡ ਟਾਈਮ ਦੇ ਨਾਲ ਵੀਕ ਹੋਣ ਲੱਗ ਪਿਆ ਤਾਂ ਆਪਣੀ ਜਿਹੜੀ ਇਹਦੇ ਇਟ ਮਾਈਟ ਕੋਜ਼ ਸਮ ਐਰਰ, ਠੀਕ ਆ, ਇਹਦੇ ਕਰਕੇ ਕੀ ਆ ਕੁਛ ਐਰਰ ਆਪਣੇ ਕੋਲ ਟਾਈਮ ਦੇ ਨਾਲ ਆ ਸਕਦਾ ਜੇ ਪਰਮਾਨੈਂਟ ਮੈਗਨੇਟ ਦਾ ਜਿਹੜਾ ਫੀਲਡ ਆ ਉਹ ਵੀਕ ਹੋ ਰਿਹਾ ਆ, ਇਟ ਮੇ ਕੋਜ਼ ਸਮ ਐਰਰ ਵਿਦ ਰਿਸਪੈਕਟ ਟੂ ਟਾਈਮ। ਸੋ ਇਹ ਆਪਣੇ ਸੀਗੇ ਐਡਵਾਂਟੇਜ ਡਿਸਐਡਵਾਂਟੇਜ ਜਿਹੜੇ ਪਰਮਾਨੈਂਟ ਮੈਗਨੇਟ ਮੂਵਿੰਗ ਕੋਇਲ ਇੰਸਟਰੂਮੈਂਟਸ ਨੇ ਇਹਨਾਂ ਦੇ। ਹੁਣ ਇਹ ਆਪਣੇ ਜਿਹੜੇ ਦੋ ਕੰਸਟਰਕਸ਼ਨ ਪੁਆਇੰਟ ਆਫ ਵਿਊ ਤੋਂ ਕਲਾਸੀਫਿਕੇਸ਼ਨ ਸੀਗੀਆਂ, ਇਹ ਕੰਪਲੀਟ ਹੋ ਚੁੱਕੀਆਂ ਨੇ ਆਪਣੀਆਂ, ਜਿਹਦੇ ਵਿੱਚ ਟੋਟਲ ਆਪਣੇ ਦੋ ਸੀ ਮੂਵਿੰਗ ਆਇਰਨ ਅਤੇ ਮੂਵਿੰਗ ਕੋਇਲ ਇੰਸਟਰੂਮੈਂਟ। ਯਾਦ ਰੱਖਣਾ ਹਮੇਸ਼ਾ ਮੂਵਿੰਗ ਆਇਰਨ ਜਿਹੜੇ ਆ ਉਹ ਏ ਸੀ ਡੀ ਸੀ ਦੋਨਾਂ 'ਤੇ ਯੂਜ਼ ਕਰ ਸਕਦੇ ਹਾਂ, ਮੂਵਿੰਗ ਕੋਇਲ ਜਿਹੜਾ ਆ ਉਹ ਸਿਰਫ ਆਪਾਂ ਡੀ ਸੀ 'ਤੇ ਹੀ ਯੂਜ਼ ਕਰ ਸਕਦੇ ਹਾਂ। ਕਿਉਂ ਡੀ ਸੀ 'ਤੇ ਯੂਜ਼ ਕਰ ਸਕਦੇ ਹਾਂ ਤੁਹਾਨੂੰ ਵਜ੍ਹਾ ਦੱਸਿਆ ਕਿ ਜੇ ਆਪਾਂ ਕਨੈਕਸ਼ਨ ਰਿਵਰਸ ਕਰਾਂਗੇ ਤਾਂ ਉਹ ਕੀ ਹੋਣਾ ਆ, ਜਾਂ ਰਿਵਰਸ ਪੋਲੈਰਿਟੀ ਲਾਵਾਂਗੇ ਤਾਂ ਉਹਦੇ ਨਾਲ ਕੀ ਹੈ ਜਿਹੜਾ ਡਿਫਲੈਕਟਿੰਗ ਟੋਰਕ ਆ ਉਹ ਰਿਵਰਸ ਡਾਇਰੈਕਸ਼ਨ ਦੇ ਵਿੱਚ ਲੱਗ ਜਾਣਾ, ਠੀਕ ਆ, ਕਿਉਂਕਿ ਕੋਇਲ ਦੀ ਡਾਇਰੈਕਸ਼ਨ ਚੇਂਜ ਹੋ ਜਾਣੀ, ਕੋਇਲ 'ਚ ਫੀਲਡ ਦੀ ਡਾਇਰੈਕਸ਼ਨ ਚੇਂਜ ਹੋ ਜਾਣੀ, ਕਰੰਟ ਦੀ ਡਾਇਰੈਕਸ਼ਨ ਚੇਂਜ ਹੋ ਜਾਣੀ ਹੈ। ਬਟ ਜਿਹੜਾ ਆਪਣਾ ਪਰਮਾਨੈਂਟ ਮੈਗਨੇਟ ਆ ਉਹਨਾਂ ਦੀ ਡਾਇਰੈਕਸ਼ਨ, ਉਹਨਾਂ ਦੇ ਵਿੱਚ ਫੀਲਡ ਦੀ ਡਾਇਰੈਕਸ਼ਨ ਉਹੀ ਰਹਿ ਜਾਣੀ ਆ, ਠੀਕ ਆ। ਸੋ ਇਸ ਕਰਕੇ ਜਿਹੜਾ ਆ ਇਹ ਡਿਵਾਈਸਿਸ ਜਿਹੜੀਆਂ ਆ ਮੂਵਿੰਗ ਕੋਇਲ ਜਿਹੜੇ ਉਹਨੂੰ ਸਿਰਫ ਆਪਾਂ ਡੀ ਸੀ 'ਤੇ ਹੀ ਯੂਜ਼ ਕਰ ਸਕਦੇ ਹਾਂ। ਸੋ ਜ਼ਿਆਦਾ ਡਿਟੇਲ 'ਚ ਆ ਤੁਸੀਂ ਇੱਥੋਂ ਹੀ ਦੇਖ ਲਓ ਨਾ, ਭਾਵੇਂ ਆ ਦੇਖੋ ਹੁਣ ਇੱਥੇ ਕੀ ਆ ਨੌਰਥ ਤੋਂ ਸਾਊਥ ਜਾ ਰਿਹਾ ਆ, ਇਸ ਪੋਲੈਰਿਟੀ ਦੇ ਵਿੱਚ ਤਾਂ ਫੋਰਸ ਜਿਹੜੀ ਆ ਉਹ ਪੋਜ਼ਿਟਿਵ ਡਾਇਰੈਕਸ਼ਨ ਨੂੰ ਲੱਗੂਗੀ ਕਲੋਕਵਾਈਜ਼, ਬਟ ਜੇ ਮੈਂ ਹੁਣ ਰਿਵਰਸ ਕਰ ਦੇਵਾਂ ਤਾਂ ਇੱਥੇ ਨੈਗੇਟਿਵ ਆ ਜਾਣਾ, ਇੱਥੇ ਪੋਜ਼ਿਟਿਵ ਆ ਜਾਣਾ, ਤਾਂ ਉਹ ਫੋਰਸ ਜਿਹੜੀ ਇੱਥੇ ਨੂੰ ਲੱਗਣੀ ਆ ਅਤੇ ਜਿਹੜਾ ਪੁਆਇੰਟਰ ਆ ਉਹਨੇ ਮੂਵ ਹੀ ਨਹੀਂ ਕਰਨਾ, ਉਹਦੇ ਜਿਹੜੀ ਪੁਆਇੰਟਰ ਦੀ ਡਿਫਲੈਕਟਿੰਗ ਟੋਰਕ ਆ ਪੁਆਇੰਟਰ ਦਾ ਉਹ ਰਿਵਰਸ ਡਾਇਰੈਕਸ਼ਨ 'ਚ ਹੋਣਾ। ਇਸ ਕਰਕੇ ਜਿਹੜੇ ਇੰਸਟਰੂਮੈਂਟ ਹੁੰਦੇ ਇਹਨਾਂ ਨੂੰ ਆਪਾਂ ਰਿਵਰਸ ਅਤੇ ਡਾਇਰੈਕਸ਼ਨ ਦੇ ਵਿੱਚ ਯੂਜ਼ ਨਹੀਂ ਕਰ ਸਕਦੇ, ਠੀਕ ਆ, ਕਿਉਂਕਿ ਕਰੰਟ ਰਿਵਰਸ ਹੋ ਗਿਆ, ਡਿਫਲੈਕਟਿੰਗ ਟੋਰਕ ਵੀ ਰਿਵਰਸ ਹੋ ਜਾਣਾ। ਯਾਦ ਰੱਖਿਓ ਇਹ ਚੀਜ਼, ਮੇਨ ਚੀਜ਼ ਆ ਇਹ, ਕਿਉਂਕਿ ਕੰਪੀਟਿਵ ਐਗਜ਼ਾਮ 'ਚ ਵੀ ਇਹਨਾਂ ਦੇ ਕੁਸ਼ਚਨ ਕਈ ਵਾਰ ਪੁੱਛ ਲੈਂਦੇ ਕੱਲ੍ਹ ਨੂੰ ਜਦੋਂ ਤੁਸੀਂ ਜਾਣਾ। ਸੋ ਨੈਕਸਟ ਆਪਣੇ ਕੋਲ ਆ ਜਾਂਦਾ ਹੈ ਟੋਪਿਕ ਡਿਫਰੈਂਸ ਬਿਟਵੀਨ ਵੋਲਟ ਮੀਟਰ ਐਂਡ ਐਮ ਮੀਟਰ। ਸੋ ਤੁਹਾਨੂੰ ਸਾਰਿਆਂ ਨੂੰ ਵੋਲਟ ਮੀਟਰ ਅਤੇ ਐਮ ਮੀਟਰ ਦੇ ਬਾਰੇ ਪਤਾ ਵੀ ਹੋਣਾ, ਤੁਸੀਂ ਦੇਖਿਆ ਵੀ ਹੋਣਾ, ਬਟ ਆਪਾਂ ਇਹਨੂੰ ਡਿਸਕਸ ਕਰਨਾ ਵੀ ਕੀ ਡਿਫਰੈਂਸ ਹੁੰਦਾ, ਇਹ ਐਗਜ਼ਾਮ ਦੇ ਵਿੱਚ ਕਈ ਵਾਰ ਕੁਸ਼ਚਨ ਆ ਜਾਂਦੇ ਆ। ਸੋ ਐਮ ਮੀਟਰ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਦੇਖੋ ਸਭ ਤੋਂ ਪਹਿਲਾਂ ਇਹਨੂੰ ਸਰਕਟ 'ਚ ਕਨੈਕਟ ਕਿੱਦਾਂ ਕਰਦੇ ਹਾਂ। ਦੇਖੋ ਜਿਹੜਾ ਐਮ ਮੀਟਰ ਹੁੰਦਾ ਨਾ, ਇਹਦੀ ਜਿਹੜੀ ਰਜਿਸਟੈਂਸ ਹੁੰਦੀ ਆ ਨਾ, ਇਹ ਲੋਅ ਹੁੰਦੀ ਆ, ਐਮ ਮੀਟਰ ਦੀ ਰਜਿਸਟੈਂਸ ਜਿਹੜੀ ਹੁੰਦੀ ਆ ਲੋਅ ਹੁੰਦੀ ਆ, ਅਤੇ ਇਹਨੂੰ ਆਪਾਂ ਹਮੇਸ਼ਾ ਸੀਰੀਜ਼ ਦੇ ਵਿੱਚ ਕਨੈਕਟ ਕਰਦੇ ਹਾਂ ਸਰਕਟ 'ਚ, ਜਦੋਂ ਵੀ ਕਰੰਟ ਨੂੰ ਮੇਅਰ ਕਰਨਾ ਐਮ ਮੀਟਰ ਹਮੇਸ਼ਾ ਸੀਰੀਜ਼ 'ਚ ਲੱਗਣਾ, ਅਤੇ ਜਦੋਂ ਵੀ ਵੋਲਟ ਮੀਟਰ ਨੂੰ ਲਗਾਉਣਾ ਹੈ ਜਾਂ ਵੋਲਟੇਜ ਮੇਅਰ ਕਰਨੀ, ਉਦੋਂ ਆਪਾਂ ਪੈਰਲਰ ਦੇ ਵਿੱਚ ਹੀ ਮੇਅਰ ਕਰਨੀ ਹੈ, ਕਿਉਂਕਿ ਦੇਖੋ ਨਾ ਵੋਲਟੇਜ ਕੀ ਹੁੰਦੀ ਆ, ਪੋਟੈਂਸ਼ੀਅਲ ਡਿਫਰੈਂਸ ਹੁੰਦਾ। ਸੋ ਪੋਟੈਂਸ਼ੀਅਲ ਡਿਫਰੈਂਸ ਨੂੰ ਜਦੋਂ ਮੇਅਰ ਕਰਨਾ ਤਾਂ ਉਦੋਂ ਵੀ ਆਪਾਂ ਉਹਨਾਂ ਦੋ ਪੁਆਇੰਟਸ ਦੇ ਵਿੱਚ ਹੀ ਲਾਵਾਂਗੇ, ਇਹਨਾਂ 'ਚ ਪੋਟੈਂਸ਼ੀਅਲ ਅਲੱਗ ਆਗਾ, ਜਿੱਦਾਂ ਪੋਜ਼ਿਟਿਵ ਦਾ ਪੋਟੈਂਸ਼ੀਅਲ ਅਲੱਗ ਹੁੰਦਾ, ਨੈਗੇਟਿਵ ਦਾ ਅਲੱਗ ਹੁੰਦਾ, ਠੀਕ ਆ। ਸੋ ਵੋਲਟ ਮੀਟਰ ਪੈਰਲ ਚਲਾਉਂਦਾ ਹਮੇਸ਼ਾ। ਸੋ ਐਮੀਟਰ ਯੂਜ਼ ਟੂ ਮੇਅਰ ਅਨਨੋਨ ਵੈਲਿਊ ਆਫ ਕਰੰਟ, ਅਤੇ ਵੋਲਟ ਮੀਟਰ ਯੂਜ਼ ਟੂ ਮੇਅਰ ਅਨਨੋਨ ਵੈਲਿਊ ਆਫ ਵੋਲਟੇਜ, ਯਾਨੀ ਕਿ ਐਮੀਟਰ ਨੂੰ ਅਨਨੋਨ ਕਰੰਟ ਨੂੰ ਮੇਅਰ ਕਰਨ ਵਾਸਤੇ ਯੂਜ਼ ਕਰਦੇ ਹਾਂ, ਅਤੇ ਵੋਲਟ ਮੀਟਰ ਨੂੰ ਅਨਨੋਨ ਵੋਲਟੇਜ ਨੂੰ ਮੇਅਰ ਕਰਨ ਵਾਸਤੇ ਯੂਜ਼ ਕਰਦੇ ਹਾਂ। ਐਮੀਟਰ ਜਿਹੜਾ ਹੁੰਦਾ ਹਮੇਸ਼ਾ ਸੀਰੀਜ਼ 'ਚ ਕਨੈਕਟ ਹੁੰਦਾ ਸਰਕਟ, ਅਤੇ ਵੋਲਟ ਮੀਟਰ ਹਮੇਸ਼ਾ ਪੈਰਲ ਦੇ ਵਿੱਚ ਕਨੈਕਟ ਹੁੰਦਾ ਸਰਕਟ 'ਚ। ਬਾਕੀ ਐਮੀਟਰ ਦੀ ਰਜਿਸਟੈਂਸ ਜਿਹੜੀ ਹੁੰਦੀ ਹੈ ਨਾ ਬਹੁਤ ਘੱਟ ਹੁੰਦੀ ਹੈ, ਕਿਉਂਕਿ ਜੇ ਐਮੀਟਰ ਦੀ ਰਜਿਸਟੈਂਸ ਆਪਾਂ ਜ਼ਿਆਦਾ ਰੱਖ ਦਈਏ ਤਾਂ ਉਹਦੇ ਨਾਲ ਕਿਉਂ ਨਾ ਇੱਕ ਤਾਂ ਕਰੰਟ ਜਿਹੜਾ ਸਿਸਟਮ ਨੂੰ ਪੂਰਾ ਕਰੰਟ ਨਹੀਂ ਜਾਣਾ, ਠੀਕ ਆ, ਦੂਸਰਾ ਇਹ ਜਿਹੜਾ ਹੀਟਅਪ ਹੋ ਕੇ ਅਤੇ ਸੜ ਵੀ ਸਕਦਾ ਐਮੀਟਰ, ਕਿਉਂਕਿ ਰਜਿਸਟੈਂਸ ਜਿਹੜੀ ਹੁੰਦੀ ਆ ਉਹ ਹੀਟ ਦੇ ਡਾਇਰੈਕਟਲੀ ਪ੍ਰੋਪੋਰਸ਼ਨ ਹੁੰਦੀ ਨਾ, ਹੀਟ ਲੋਸ ਆਈ ਸਕੇਅਰ ਆਰ ਦੇ ਇਕੁਅਲ ਹੁੰਦੇ ਆ। ਸੋ ਜਿਹਦੀ ਰਜਿਸਟੈਂਸ ਜ਼ਿਆਦਾ ਹੋਗੀ ਤਾਂ ਸੜ ਵੀ ਜਾਣਾ, ਇਸ ਕਰਕੇ ਐਮੀਟਰ ਦੀ ਰਜਿਸਟੈਂਸ ਲੋਅ ਹੋਣੀ ਚਾਹੀਦੀ ਹਮੇਸ਼ਾ। ਵੋਲਟ ਮੀਟਰ ਜਿਹੜਾ ਇਹਦੀ ਰਜਿਸਟੈਂਸ ਜ਼ਿਆਦਾ ਹੋਣੀ ਚਾਹੀਦੀ ਹੈ, ਕਿਉਂਕਿ ਵੋਲਟ ਮੀਟਰ ਦੇਖੋ ਹੁਣ ਪੈਰਲ ਦੇ ਵਿੱਚ ਲੱਗਣਾ ਵੋਲਟ ਮੀਟਰ, ਅਤੇ ਕਰੰਟ ਆਲਵੇਜ਼ ਟੂਜ਼ ਲੋਅ ਰਜਿਸਟੈਂਸ ਪਾਤ, ਜੇ ਆਪਾਂ ਵੋਲਟ ਮੀਟਰ ਦੀ ਰਜਿਸਟੈਂਸ ਲੋਅ ਰੱਖਤੀ ਸਾਰਾ ਕਰੰਟ ਵੋਲਟ ਮੀਟਰ ਦੇ ਕਰੋਸ ਆ ਜਾਣਾ ਤਾਂ ਵੋਲਟ ਮੀਟਰ ਸੜ ਜਾਣਾ। ਇਸ ਕਰਕੇ ਵੋਲਟ ਮੀਟਰ ਦੀ ਰਜਿਸਟੈਂਸ ਜਿਹੜੀ ਆ ਉਹ ਬਹੁਤ ਜ਼ਿਆਦਾ ਹੋਣੀ ਚਾਹੀਦੀ ਆ, ਤਾਂ ਕਿ ਕਰੰਟ ਜਿਹੜਾ ਆ ਮਿਨੀਮਮ ਵੋਲਟ ਮੀਟਰ ਵੱਲ ਨੂੰ ਆਵੇ ਅਤੇ ਮੈਕਸੀਮਮ ਲੋਡ ਵੱਲ ਨੂੰ ਜਾਵੇ, ਕਿਉਂਕਿ ਜੇ ਵੋਲਟ ਮੀਟਰ ਦੀ ਰਜਿਸਟੈਂਸ ਘੱਟ ਹੋਊਗੀ ਕਰੰਟ
ਬਾਕੀ ਜੇ ਆਪਾਂ ਐਮੀਟਰ ਦੀ ਰੇਂਜ ਨੂੰ ਐਕਸਟੈਂਡ ਕਰਨਾ, ਰੇਂਜ ਨੂੰ ਐਕਸਟੈਂਡ ਕਰਨ ਦਾ ਮਤਲਬ ਕਿ ਮੰਨ ਲਓ ਇਸ ਐਮੀਟਰ ਦੀ ਰੇਟਿੰਗ ਜਿਹੜੀ ਆ ਉਹ 5 ਤੋਂ 10 ਐਮਪੀਅਰ ਆ, ਯਾਨੀ ਕਿ 10 ਐਮਪੀਅਰ ਤੱਕ ਇਹ ਕਰੰਟ ਮੇਅਰ ਕਰਦਾ। ਮੈਂ ਹੁਣ ਕਿਤੇ ਸਰਕਿਟ ਆ, ਮੈਂ ਉੱਥੇ 20 ਐਮਪੀਅਰ ਕਰੰਟ ਮੇਅਰ ਕਰਨਾ, ਤਾਂ ਉਹਦੇ ਨਾਲ ਨੋਰਮਲੀ ਤਾਂ ਮੈਂ ਨਹੀਂ ਕਰ ਸਕਦਾ ਇਹਦੇ ਨਾਲ, ਠੀਕ ਹੈ, ਕਿਉਂਕਿ ਇਹਦੀ ਰੇਂਜ ਹੀ 10 ਐਮਪੀਅਰ ਤੱਕ ਦੀ ਆ। ਸੋ ਉੱਥੇ ਮੈਂ ਕੀ ਕਰਦਾ, ਐਮੀਟਰ ਦੇ ਨਾਲ ਨਾ ਸ਼ੰਟ ਲਗਾ ਦਿੰਦਾ, ਸ਼ੰਟ ਲਗਾ ਕੇ ਮੈਂ ਇਹਦੀ ਰੇਂਜ ਐਕਸਟੈਂਡ ਕਰ ਦਿੰਦਾ, ਮੈਂ 20 ਐਮਪੀਅਰ ਕਰੰਟ ਵੀ ਮੇਅਰ ਕਰ ਸਕਦਾ, ਉਹ ਡਿਪੈਂਡ ਕਰਦਾ ਕਿ ਮੈਂ ਸ਼ੰਟ ਕਿਸ ਰੇਂਜ ਦਾ ਲਾਇਆ। ਦੈਨ ਸੇਮ ਇਨ ਕੇਸ ਆਫ ਵੋਲਟ ਮੀਟਰ, ਇਫ ਆਈ ਵਾਂਟ ਟੂ ਇਨਕਰੀਜ਼ ਦਾ ਰੇਂਜ ਆਫ ਵੋਲਟ ਮੀਟਰ, ਆਈ ਵਿਲ ਯੂਜ਼ ਮਲਟੀਪਲਾਇਰ ਹੇਅਰ, ਸੀਗਾ। ਸੋ ਮਲਟੀਪਲਾਇਰ ਕੁਛ ਨਹੀਂ ਹੁੰਦਾ, ਇਹ ਵੀ ਇੱਕ ਰਜਿਸਟੈਂਸ ਹੁੰਦੀ, ਹਾਈ ਰਜਿਸਟੈਂਸ ਹੁੰਦੀ, ਜਿਹਨੂੰ ਆਪਾਂ ਸੀਰੀਜ਼ ਦੇ ਵਿੱਚ ਲਗਾ ਦਿੰਦੇ ਹਾਂ, ਠੀਕ ਆ, ਸੋਰੀ ਪੈਰਲ ਦੇ ਵਿੱਚ ਆਪਾਂ ਲਗਾ ਦਿੰਦੇ ਹਾਂ, ਜਿਹੜੀ ਰਜਿਸਟੈਂਸ ਹੁੰਦੀ ਆ, ਹਾਈ ਰਜਿਸਟੈਂਸ ਹੁੰਦੀ ਆ। ਸੋ ਇਹਦੇ ਵਿੱਚ ਆਪਾਂ ਕਰਦੇ ਹਾਂ ਉਹ ਨਾ, ਜਦੋਂ ਆਪਾਂ ਰਜਿਸਟੈਂਸ ਇਹਦੇ ਨਾਲ ਲਗਾ ਦਿੰਦੇ ਹਾਂ, ਸੀਰੀਜ਼ ਦੇ ਵਿੱਚ ਲਗਾਉਂਦੇ, ਸੋਰੀ ਰਜਿਸਟੈਂਸ, ਇਹਦੇ ਜਿਹੜਾ ਐਮੀਟਰ ਹੁੰਦਾ ਨਾ, ਇਹਦੇ ਵਿੱਚ ਜਦੋਂ ਸ਼ੰਟ ਲਗਾਉਂਦੇ ਹਾਂ, ਸ਼ੰਟ ਆਪਾਂ ਲਗਾਉਂਦੇ ਹਾਂ ਹਮੇਸ਼ਾ ਪੈਰਲ ਦੇ ਵਿੱਚ, ਅਤੇ ਮਲਟੀਪਲਾਇਰ ਹਮੇਸ਼ਾ ਲਗਾਉਂਦੇ ਹਾਂ ਆਪਾਂ ਸੀਰੀਜ਼ ਦੇ ਵਿੱਚ, ਯਾਦ ਰੱਖਿਓ ਚੀਜ਼ ਇਹ। ਇਹ ਅੱਗੇ ਪੜ੍ਹਨਾ ਵੀ ਆਪਾਂ ਵੈਸੇ ਟੋਪਿਕ, ਕੋਈ ਇਸ਼ੂ ਨਹੀਂ ਦਿੰਦਾ। ਸੋ ਮਲਟੀਪਲਾਇਰ ਜਿਹੜਾ ਹੁੰਦਾ ਸੀਰੀਜ਼ 'ਚ ਲਗਾਉਂਦੇ, ਸੀਰੀਜ਼ ਦੇ ਵਿੱਚ ਆਪਾਂ ਕੀ ਕਰਦੇ ਹਾਂ, ਰਜਿਸਟੈਂਸ ਲਗਾ ਕੇ ਜਿਹੜੀ ਵੋਲਟਮੀਟਰ ਦੀ ਰੇਂਜ ਹੁੰਦੀ ਉਹਨੂੰ ਐਕਸਟੈਂਡ ਕਰ ਦਿੰਦੇ ਹਾਂ। ਰੇਂਜ ਐਕਸਟੈਂਸ਼ਨ ਦਾ ਮਤਲਬ ਆ ਕਿ 100 ਵੋਲਟ ਮੇਅਰ ਕਰਦਾ ਸੀ ਤਾਂ ਆਪਾਂ ਰਜਿਸਟੈਂਸ ਲਗਾ ਕੇ ਸੀਰੀਜ਼ ਦੇ ਵਿੱਚ ਆਪਾਂ 200 ਵੋਲਟ ਜਿਹੜੇ ਆ ਉਹ ਵੀ ਮੇਅਰ ਕਰ ਸਕਦੇ ਹਾਂ। ਉਹ ਬਾਕੀ ਡਿਪੈਂਡ ਕਰਦਾ ਕਿ ਜਿਹੜਾ ਤੁਸੀਂ ਇਹਦੇ ਨਾਲ ਲਗਾਇਆ ਹੋਇਆ ਆ ਸ਼ੰਟ, ਉਹਦੀ ਕੀ ਰੇਂਜ ਆ, ਮਲਟੀਪਲਾਈ ਸੋਰੀ ਜਿਹੜਾ ਲਾਇਆ ਹੋਇਆ ਉਹਦੀ ਕੀ ਰੇਂਜ ਆ, ਠੀਕ ਆ। ਇਹਦੇ ਨਾਲ ਵੀ ਐਮੀਟਰ ਦੀ ਰੇਂਜ ਆਪਾਂ ਪੈਰਲ 'ਚ ਸ਼ੰਟ ਲਾ ਕੇ ਐਕਸਟੈਂਡ ਕਰ ਸਕਦੇ, ਪਰ ਡਿਪੈਂਡ ਕਰਦਾ ਵੀ ਉਹਦੀ ਤੁਸੀਂ ਕੀ ਰੇਟਿੰਗ ਦਾ ਜਿਹੜਾ ਆ ਉਹ ਸ਼ੰਟ ਨਾਲ ਲਗਾਇਆ, ਉਸ ਹਿਸਾਬ ਨਾਲ ਰੇਟਿੰਗ ਜਿਹੜੀ ਹੁੰਦੀ। ਬਟ ਇਹਨਾਂ ਦੀ ਜੇ ਆਪਾਂ ਇਨਕਰੀਜ਼ ਕਰਨੀ ਆ, ਐਮੀਟਰ ਦੀ ਇਨਕਰੀਜ਼ ਕਰਨੀ ਆ, ਤਾਂ ਸ਼ੰਟ ਲਗਾ ਦਿਓ, ਜੇ ਵੋਲਟ ਮੀਟਰ ਦੀ ਰੇਂਜ ਐਕਸਟੈਂਡ ਕਰਨੀ ਆ ਤਾਂ ਨਾਲ ਮਲਟੀਪਲਾਇਰ ਲਾ ਦਿਓ। ਸੋ ਉਹੀ ਆਪਾਂ ਅੱਗੇ ਜਿਹੜਾ ਹੁਣ ਡਿਸਕਸ ਵੀ ਕਰਨਾ ਹੈ। ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਨਾ ਵੀ ਜੇ ਆਪਾਂ ਐਕਸਟੈਂਡ ਕਰਨੀ ਆ ਐਮੀਟਰ ਦੀ ਰੇਂਜ, ਤਾਂ ਉੱਥੇ ਆਪਾਂ ਕੀ ਕਰਾਂਗੇ। ਸੋ ਕਰੰਟ ਰੇਂਜ ਆਫ ਡੀਸੀ ਮੂਵਿੰਗ ਕੋਇਲ ਐਮੀਟਰ ਇਜ਼ ਐਕਸਟੈਂਡਡ ਬਾਈ ਕਨੈਕਟਿੰਗ ਆ ਸ਼ੰਟ, ਯਾਨੀ ਕਿ ਆਪਾਂ ਇੱਕ ਸਮਾਲ ਰਜਿਸਟੈਂਸ ਜਿਹੜੀ ਆ ਉਹਨੂੰ ਪੈਰਲ ਦੇ ਵਿੱਚ ਲਗਾ ਦਿੰਦੇ ਹਾਂ, ਠੀਕ ਆ। ਹੁਣ ਪੈਰਲ ਦੇ ਵਿੱਚ ਆਪਾਂ ਕਿਉਂ ਲਗਾਉਂਦੇ ਹਾਂ, ਤਾਂ ਕਿ ਜਿਹੜਾ ਕਰੰਟ ਆ ਨਾ ਸਾਰਾ, ਜਿੱਦਾਂ ਮੰਨ ਲਓ ਹੁਣ ਇਹਦੀ ਰੇਟਿੰਗ ਹੈਗੀ ਆ 10 ਐਮਪੀਅਰ, ਇਹਦੀ ਰੇਂਜ ਸੋਰੀ ਜਿਹੜੀ ਆ ਉਹ ਕੀ ਆ 10 ਐਮਪੀਅਰ ਹੈ, ਮੈਕਸੀਮਮ 10 ਐਮਪੀਅਰ ਕਰੰਟ ਮੇਅਰ ਕਰ ਸਕਦਾ। ਬਟ ਹੁਣ ਮੈਂ ਇਹਨੂੰ, ਮੇਰੇ ਕੋਲ ਕੋਈ ਹੈ ਨਹੀਂ ਗਾ ਮੀਟਰ ਵੀ ਮੈਂ 20 ਐਮਪੀਅਰ ਕਰੰਟ ਮੇਅਰ ਕਰਨਾ ਸਰਕਟ ਦੇ ਵਿੱਚ, ਅਤੇ ਮੀਟਰ ਮੇਰੇ ਕੋਲ ਇਹੀ ਆ 10 ਐਮਪੀਅਰ ਰੇਟਿੰਗ ਵਾਲੀ। ਸੋ ਇਹਨੂੰ ਮੈਂ ਕੀ ਕਰਨਾ ਆ, 20 ਐਮਪੀਅਰ ਦੀ ਹੁਣ ਰੇਟਿੰਗ ਮੈਂ ਮੇਅਰ, ਜੇ 20 ਐਮਪੀਅਰ 'ਚ ਸਿੱਧਾ ਲਾ ਦਿੰਦਾ ਇਹਨੇ ਸੜ ਜਾਣਾ, ਇਸ ਕਰਕੇ ਮੈਂ ਕੀ ਕਰਦਾ ਇਹਦੇ ਨਾਲ ਨਾ ਸ਼ੰਟ ਲਗਾ ਦਿੰਦਾ, ਇੱਕ ਹਾਈ ਜੇ ਸਮਾਲ ਜਿਹੜੀ ਹੁੰਦੀ ਨਾ ਇੱਕ ਰਜਿਸਟੈਂਸ ਲਾ ਦਿੰਦਾ, ਠੀਕ ਆ। ਸੋ ਉਹ ਰਜਿਸਟੈਂਸ ਦੇ ਕਰਕੇ ਕੀ ਹੁੰਦਾ, ਦੇਖੋ ਕਰੰਟ ਜਿਹੜਾ ਨਾ ਡਿਵਾਈਡ ਹੋ ਜਾਂਦਾ, ਯਾਨੀ ਕਿ ਸਾਰਾ ਕਰੰਟ ਐਮੀਟਰ ਵਾਲੇ ਪਾਸੇ ਜਾਣ ਦੀ ਬਜਾਏ ਕੁਛ ਕਰੰਟ ਜਿਹੜਾ ਹੁੰਦਾ ਨਾ ਉਹ ਸ਼ੰਟ ਵਾਲੀ ਸਾਈਡ 'ਤੇ ਚਲਿਆ ਜਾਂਦਾ, ਅਤੇ ਮੇਰੇ ਜਿਹੜੇ ਐਮੀਟਰ ਹੁੰਦਾ ਉਹ ਇੱਕ ਤਾਂ ਸੜਦਾ ਵੀ ਨਹੀਂ, ਬਚ ਵੀ ਜਾਂਦਾ ਜ਼ਿਆਦਾ ਕਰੰਟ ਤੋਂ, ਅਤੇ ਦੂਸਰਾ ਕੀ ਆ ਆਪਾਂ ਨੂੰ ਜਿਹੜੀ ਰੀਡਿੰਗ ਆ ਉਹ ਵੀ ਆਪਾਂ ਨੂੰ ਮਿਲ ਜਾਂਦੀ ਹੈ, ਠੀਕ ਆ। ਬਟ ਰੀਡਿੰਗ ਜਿਹੜੀ ਆ ਇਹਦੀ ਆਪਾਂ ਨੂੰ ਡਾਇਰੈਕਟ ਮੀਟਰ ਤੋਂ ਨਹੀਂ ਮਿਲਦੀ, ਠੀਕ ਆ। ਇਹਦੇ ਵਿੱਚ ਆਪਾਂ ਨੂੰ ਰੇਂਜ ਐਕਸਟੈਂਸ਼ਨ ਹੁੰਦੀ, ਸ਼ੰਟ ਦੇ ਹਿਸਾਬ ਨਾਲ ਰੀਡਿੰਗ ਲੈਣੀ ਪੈਂਦੀ ਆ, ਵੀ ਜੋ ਸ਼ੰਟ ਦੀ ਰੀਡਿੰਗ ਆ ਉਸ ਹਿਸਾਬ ਨਾਲ ਐਮੀਟਰ ਤੋਂ ਪਹਿਲਾਂ ਰੀਡਿੰਗ ਲਵਾਂਗੇ, ਕਿ ਮੰਨ ਲਓ ਜਿੱਦਾਂ ਆਪਣੇ ਕੋਲ 5 ਐਮਪੀਅਰ ਰੀਡਿੰਗ ਇਹ ਸ਼ੋਅ ਕਰ ਰਿਹਾ, ਤਾਂ ਇਹ ਨਹੀਂ ਵੀ 5 ਐਮਪੀਅਰ ਰੀਡਿੰਗ ਹੀ ਹੋਊਗੀ, ਉਹ 10 ਐਮਪੀਅਰ ਰੀਡਿੰਗ ਵੀ ਹੋ ਸਕਦੀ ਹੈ, ਡਿਪੈਂਡਿੰਗ ਔਨ ਕਿ ਆਪਾਂ ਸ਼ੰਟ ਦੀ ਕੀ ਵੈਲਿਊ ਲਾਈਏ, ਜੀ ਕਿੰਨੀ ਵੈਲਿਊ ਆਪਾਂ ਮੇਅਰ ਕਰਨੀ ਹੈ, ਠੀਕ ਆ। ਸੋ ਉਹਦੇ ਵਾਸਤੇ ਆਹ ਇੱਕ ਆਪਣੇ ਕੋਲ ਡੈਰੀਵੇਸ਼ਨ ਵੀ ਹੈਗੀ ਆ, ਜਿਹਦੇ ਵਿੱਚ ਆਪਾਂ ਸਾਰਾ ਜਿਹੜਾ ਮੈਂਸ਼ਨ ਵੀ ਆਪਾਂ ਸ਼ੰਟ ਦੀ ਵੈਲਿਊ ਨੂੰ ਜਿਹੜਾ ਕਿੱਦਾਂ ਆਪਾਂ ਡਿਸਾਈਡ ਕਰਨਾ। ਸੋ ਇਹਦੇ ਵਿੱਚ ਫਸਟ ਆਈ ਕੀ ਆ, ਜਿਹੜਾ ਆਪਾਂ ਕਰੰਟ ਮੇਅਰ ਕਰਨਾ, ਠੀਕ ਆ। ਆਈ ਐਮ ਜਿਹੜੀ ਆ ਫੁੱਲ ਸਕੇਲ ਡਿਫਲੈਕਸ਼ਨ ਕਰੰਟ ਆਫ ਐਮੀਟਰ, ਯਾਨੀ ਕਿ ਇਹ ਆਈ ਐਮ ਜਿਹੜਾ ਫੁੱਲ ਸਕੇਲ ਡਿਫਲੈਕਸ਼ਨ ਆ ਕਰੰਟ ਆ, ਫੁੱਲ ਸਕੇਲ ਡਿਫਲੈਕਸ਼ਨ ਕਰੰਟ ਐਮੀਟਰ ਦਾ, ਯਾਨੀ ਕਿ ਕਿੰਨੀ ਫੁੱਲ ਡਿਫਲੈਕਸ਼ਨ, ਮੰਨ ਲਓ 10 ਐਮਪੀਅਰ ਦੀ ਫੁੱਲ ਡਿਫਲੈਕਸ਼ਨ ਆ, ਤਾਂ 10 ਐਮਪੀਅਰ ਕੀ ਹੋਇਆ ਉਹਦਾ ਆਈ ਐਮ ਹੋ ਗਿਆ। ਆਈ ਐਸ ਕੀ ਆ, ਜਿਹੜਾ ਕਰੰਟ ਜਿਹੜਾ ਉਹ ਸ਼ੰਟ ਨੂੰ ਜਾ ਰਿਹਾ। ਆਰ ਐਮ ਜਿਹੜੀ ਆ ਰਜਿਸਟੈਂਸ ਜਿਹੜੀ ਹੈਗੀ ਆ, ਇਹ ਮੀਟਰ ਦੀ ਰਜਿਸਟੈਂਸ ਆ, ਆਰ ਐਮ ਮੀਟਰ ਰਜਿਸਟੈਂਸ, ਠੀਕ ਹੈ, ਐਮੀਟਰ ਦੀ ਰਜਿਸਟੈਂਸ ਆ ਇਹ, ਅਤੇ ਆਰ ਐੱਸ ਜਿਹੜੀ ਆ ਇਹ ਹੈਗੀ ਆ ਸ਼ੰਟ ਦੀ ਰਜਿਸਟੈਂਸ। ਹੁਣ ਮੇਰੇ ਕੋਲ ਟੋਟਲ ਕਰੰਟ ਕੀ ਹੋਊਗਾ, ਦੇਖੋ ਟੋਟਲ ਕਰੰਟ ਹੋਊਗਾ ਵੀ ਕਿੰਨਾ ਮੀਟਰ ਨੂੰ ਕਰੰਟ ਜਾ ਰਿਹਾ ਅਤੇ ਜਿੰਨਾ ਸ਼ੰਟ ਨੂੰ ਕਰੰਟ ਜਾ ਰਿਹਾ, ਠੀਕ ਆ। ਸੋ ਆਈ ਐਮ ਦੀ ਵੈਲਿਊ ਕੀ ਹੋਣੀ ਆ, ਆਈ ਦੀ ਵੈਲਿਊ ਕੀ ਹੋਣੀ, ਆਈ ਐਮ ਪਲੱਸ ਆਈ ਐੱਸ। ਸੋ ਇੱਥੋਂ ਆਪਾਂ ਆਈ ਐੱਸ ਦੀ ਵੈਲਿਊ ਕੀ ਕਰਨੀ, ਕੱਢ ਸਕਦੇ ਹਾਂ ਆਰਾਮ ਨਾਲ, ਠੀਕ ਆ। ਆਈ ਐਮ ਦੀ ਵੈਲਿਊ ਨੂੰ ਜੇ ਮੈਂ ਇੱਧਰ ਲੈ ਜਾਵਾਂ, ਮਾਈਨਸ ਹੋ ਕੇ ਮੇਰੇ ਕੋਲ ਆਈ ਐੱਸ ਦੀ ਵੈਲਿਊ ਆ ਗਈ, ਠੀਕ ਆ। ਅਤੇ ਜੇ ਮੈਂ ਵੋਲਟੇਜ ਦੀ ਗੱਲ ਕਰਾਂ ਤਾਂ ਵੀ ਇਕਵਲ ਟੂ ਕਹਿੰਦਾ ਆਪਣੇ ਕੋਲ ਆਈ ਆਰ, ਠੀਕ ਆ। ਸੋ ਜਿਹੜੀ ਸ਼ੰਟ ਦੀ ਹੋਊਗੀ, ਕਿਉਂਕਿ ਇਹ ਆਈ ਐੱਸ ਆਰ ਐੱਸ ਇਜ਼ ਇਕਵਲ ਟੂ ਕੀ ਹੋਊਗੀ, ਆਈ ਐੱਮ ਆਰ ਐੱਮ ਹੋਊਗੀ। ਸੋ ਇੱਥੋਂ ਮੈਂ ਕੀ ਕਰ ਸਕਦਾ, ਹੁਣ ਜਿਹੜੀ ਆਈ ਐੱਸ ਦੀ ਵੈਲਿਊ ਉਹ ਮੈਂ ਇੱਥੇ ਪੁੱਟ ਕਰ ਸਕਦਾ, ਠੀਕ ਆ। ਆਈ ਐੱਸ ਦੀ ਵੈਲਿਊ ਕੀ ਆ, ਦੇਖੋ ਆਈ ਐੱਸ ਦੀ ਵੈਲਿਊ ਆਪਣੇ ਕੋਲ ਆਈ ਮਾਈਨਸ ਆਈ ਐੱਮ, ਉਹੀ ਇੱਥੇ ਵੈਲਿਊ ਪੁੱਟ ਕਰਕੇ ਆਪਣੇ ਕੋਲ ਜਿਹੜੀ ਆ ਆਹ ਵਾਲੀ ਜਿਹੜੀ ਇਕੁਏਸ਼ਨ ਆ ਇਹ ਮੇਰੇ ਕੋਲ ਆ ਗਈ ਹੈ, ਠੀਕ ਆ। ਉਸ ਤੋਂ ਬਾਅਦ ਆਪਾਂ ਮਲਟੀਪਲਾਈ ਕਰ ਦੇਣਾ, ਜ ਇੱਥੇ ਇਹਨੇ ਨਾ ਪੂਰੀ ਇਕੁਏਸ਼ਨ ਨਹੀਂ ਲਿਖੀ ਹੋਈ, ਲਿਖ ਲਈ ਹੋਈ, ਇਹਦੀ ਵੈਲਿਊ ਜਿਹੜੀ ਆਉਣੀ ਉਸ ਤੋਂ ਬਾਅਦ
आई एम आर एस, दोबारा रिपीट कर देना होया की है। इस तो बाद उन्हें सीधी क्वेश्चन लिखती इतने एक्चुअल अगर की हुआ आई आर एस मल्टीप्लाई किया अपना अंदर वैल्यू की आ गई मेरे को आई आर एस माइनस आई एम आर एस इज इक्वल टू आई एम आर एम। ठीक है, हुण जिहड़ी वैल्यू आई सी उन्हूं आपां की किया आई आर एस नूं इधर ही रहिण दित्ता, जिहड़ा माइनस आई एम आर एस इधर जाके प्लस आई एम आर एम बन गया। तो उहदे विच आपां हुण की किया जिहड़ा अपना आई एम सी नूं कॉमन कढ लिया तो आर एम ते आर एस नूं प्लस करता। ठीक है, उस तो बाद आपां सेम इक्वेशन जिहड़ी है इहनूं सॉल्व कर लिया, जिहड़े अपना आर एस सी नूं इत्थे लै गए तो आई एम जिहड़ा हुंदा उहनूं क्रॉस मल्टीप्लीकेशन हो गई। ठीक है, क्रॉस मल्टीप्लीकेशन आह आ गई मेरे को वैल्यू क्रॉस मल्टीप्लीकेशन तो बाद आई डिवाइडेड बाय आई एम इज इक्वल टू आर एम प्लस आर एस, यानी कि मीटर का करंट रजिस्टेंस प्लस जी शंट की रजिस्टेंस डिवाइडेड बाय शंट की रजिस्टेंस। इस तो बाद आप किया हूँ जे देखो इतने मैं इनू जी ए वाली क्वेश्चन जी है ना, सिर्फ आह वाली क्वेश्चन इनू नहीं आह वाली क्वेश्चन जी ने सॉल्व किया, आह वाली क्वेश्चन सॉल्व करके वन प्लस आर एम डिवाइडेड बाय आर एस आर एस क्रॉस मल्टीप्लीकेशन करेंगे तो अपने को आही वैल्यू आ जानी है। ठीक है, क्रॉ आर एस प्लस आर एम डिवाइडेड बाय आर एस, सो वन प्लस आर एम डिवाइड बाय आर एस आ गया ये क्वेश्चन सॉल्व करके। उस तो बाद कहता है भी जी टोटल करंट की रेशियो टू आई मेरे को टोटल करंट आह वाला आई टोटल करंट आ। ठीक है, डिवाइडेड बाय आई एम, यानी कि द रेशियो ऑफ टोटल करंट आई टू बी मेजर्ड टू द फुल स्केल डिफ्लैक्शन करंट आई एम इज नोन एज मल्टीप्लाइंग फैक्टर। याद रखियो जो आई डिवाइड बाय आई एम है ना, इनू आप कहते हैं मल्टीप्लाइंग फैक्टर कहते हैं कि शंट का या इंस्ट्रूमेंट कॉन्सटेंट का। ठीक है, शंट का मल्टीप्लाइंग फैक्टर होंगे तो इनू आप एन डोनेट कर सकते हैं। सो आई डिवाइड बाय आई एम आपका एन के डोनेट कर लिया तो अगे आह इक्वेशन आ गई मेरे को। ठीक है, सो इक्वेशन सॉल्व करके मेरे को कहा आर एस की वैल्यू आ गई आर एस इज इक्वल टू, यानी कि जी शंट रजिस्टेंस लानी है मैं। ठीक है, शंट जी रजिस्टेंस लानी वो वैल्यू आ गई आर एम डिवाइड बाय एन माइनस वन। सो ये मेरे को आ गई। सो इतों मैं एक चीज़ का क्लीयर हो गया कि जे मान लो मैं एन टाइम्स करंट की वैल्यू मेयर करनी आ तो जी मैं करंट की रेंज आ, ठीक है ना, एन टाइम्स करंट की रेंज जी इंस्ट्रूमेंट पर मेयर करनी आ, मतलब मान लो इस टाइम 5 एम्पीयर रेंज आ, मैं जी दो गुणा करनी है, इनकी वैल्यू 2 होगी, यानी कि 2 गुणा मैं वैल्यू करनी है कि 10 एम्पीयर करनी है, तो जी शंट की रजिस्टेंस होगी शंट की वैल्यू होनी चाहिए 1/(n-1) टाइम्स ऑफ मीटर रजिस्टेंस, यानी कि जो भी मैं हैंस फॉर मेयरमेंट ऑफ करंट एन टाइम्स द करंट रेंज ऑफ इंस्ट्रूमेंट्स, यानी कि जे मैं करंट की जी मेरी इंस्ट्रूमेंट रेंज हैगी 5 एम्पीयर। ठीक है ना, तो मैं 2 गुणा वध वैल्यू जी उत्ते मेयर करनी है, 2 गुणा वध मतलब कि 5 दूनी किन्ने हो गए 10, सो 10 एम्पीयर मेयर करनी है। सो एन की वैल्यू मेरे को होगी 2 होगी, तो शंट रजिस्टेंस की जी वैल्यू होगी वो की होगी, वो कहता 1/(n-1) टाइम्स द मीटर रजिस्टेंस, यानी कि जिनी मीटर की रजिस्टेंस होगी उस तो 1/(n-1) टाइम्स जी है मैं वह शंट लाऊंगा। सो इतों फाइनल रिजल्ट तो मेरे को सामने आता पाया आ कि जे मैं शंट की रजिस्टेंस की वैल्यू क्ढनी है तो वह मैं किदा क्ढूँगा। ठीक है, जिदा मान लो मैं अपना तुहानू मैं एग्जाम्पल थी भी 2 गुणा करंट जो मेयर करना, यानी कि 5 एम्पीयर रेटिंग मैं 10 एम्पीयर मेयर करना, तो वो मैं वैल्यू जी हूँ एन की वैल्यू मेरे को होगी, यानी कि मल्टीप्लाइंग फैक्टर एन आ, एन की वैल्यू मेरे को होगी 2 आ, यानी कि मैं की है मीटर की जी रेटिंग आ मीटर की जी रेंज आ उस तो 2 गुणा करंट जो मेयर करना, सो एन की वैल्यू होगी 2। ठीक है, तो जी शंट रजिस्टेंस मैं लाऊंगा वो वैल्यू की होगी 1/(2-1), यानी कि 1 ही आ गई वैल्यू। ठीक है, सो 1 जिनी मीटर रजिस्टेंस होगी, जे मान लो मैं डबल करना ना उन्हों ये तो यह मतलब कि प्रूफ होंगी गल कि जे मैं डबल करंट मेयर करना इतों, यानी कि जे मैं 5 एम्पीयर करंट जोड़ा आनू मेयर करना आ, 5 एम्पीयर करंट जो मेयर हो रहा मैं 10 एम्पीयर करना, तो जिनी मेरे मीटर की रजिस्टेंस आ उन्नी रजिस्टेंस मैं पैरल ला दूंगा तो जी यदि रेटिंग डबल हो जूगी। ठीक है, दोबारा एग्जाम्पल दे दिना कि जिदा मान लो अपना 5 एम्पीयर देरी जी मीटर की मेरे की रेटिंग आ। ठीक है, मैं इतों कहना 10 एम्पीयर मेयर कर रहा, यानी कि डबल मेयर करना ना मैं, तो एन की वैल्यू मेरे को होनी है 2 हो जानी है। ठीक है, सो उन्होंने जो मैं सॉल्व करूँगा तो यह 1 टाइम्स का मीटर रजिस्टेंस आना, यानी कि जिनी मेरी मीटर की रजिस्टेंस आ उन्नी रजिस्टेंस जो मैं पैरल च ला दूंगा उन्नी रजिस्टेंस मैं शंट ला दूंगा तो की होगा मेरा अपने मीटर के नाल 5 की जगह पर 10 एम्पीयर करंट भी जो मेयर कर सकता। हूँ वो वैल्यू कि आऊगी जिदा मान लो मीटर मेरा 2 एम्पीयर शो करता ना, इट मीनस कि एक्चुअल करंट जरा 4 एम्पीयर आ, जो 3 एम्पीयर शो करता एक्चुअल 6 एम्पीयर आ, जो 4 तो 8 5 तो 10 एम्पीयर। ठीक है, सो इदा जी आप रेंज एक्सटेंड कर सकते हैं अपने मीटर की। ठीक है, तो डेरीवेशन जी है पूरी नोट करिए, स्किप ना करिए कोई भी, मैं इस करके तुम दोबारा दसता भी कित इतों को उन्हें स्टैप मिस किया। ठीक है, बट तुम मिस नहीं करना, उन्होंने दोबारा लिख लेना क्योंकि एग्जाम से तुम्हें जोड़ा है क्वेश्चन पूछ सकते हैं भी एमीटर की रेंज में कितना एक्सटेंड करने, सो उत्थे एक लाइन लिख के तो हूँ आऊंगे नहीं पेपर से। ठीक है,
ਅਤੇ ਜੇ ਫਿਰ ਵੀ ਨਾ ਸਮਝ ਲੱਗੇ ਦੱਸ ਦਿਓ, ਤੁਹਾਨੂੰ ਇੱਕ ਵਾਰ ਦੁਬਾਰਾ ਫਿਰ ਤੋਂ ਐਕਸਪਲੇਨ ਕਰ ਦਾਂਗੇ ਆਪਾਂ ਇਹ, ਠੀਕ ਆ, ਵੀ ਕਿੱਦਾਂ ਆਪਾਂ ਜਿਹੜਾ ਇਹਦੀ ਵੈਲਿਊ ਜਿਹੜੀ ਆਈ ਆ ਆਪਣੇ ਕੋਲ ਫਾਈਨਲ, ਜਾਂ ਸ਼ੰਟ ਦੀ ਵੈਲਿਊ ਆਪਾਂ ਕਿੱਦਾਂ ਫਾਇੰਡ ਆਊਟ ਕਰਨੀ ਆ। ਸੋ ਐਟ ਲਾਸਟ ਤੁਹਾਨੂੰ ਇਹੀ ਇੱਕ ਤਾਂ ਮਲਟੀਪਲਾਈਂਗ ਫੈਕਟਰ ਜਿਹੜਾ, ਇਹਨਾਂ ਨੂੰ ਯਾਦ ਰੱਖਿਓ ਕਿ ਆਈ ਡਿਵਾਈਡਡ ਬਾਈ ਆਈ ਐਮ ਜਿਹੜਾ ਹੁੰਦਾ ਮਲਟੀਪਲਾਈਂਗ ਫੈਕਟਰ ਹੁੰਦਾ, ਮਲਟੀਪਲਾਈਂਗ ਫੈਕਟਰ ਮਤਲਬ ਕਿੰਨੇ ਗੁਣਾ ਆਪਾਂ ਨੂੰ ਜਿਹੜੀ ਆ ਨੋਰਮਲ ਰੇਂਜ ਤੋਂ ਕਿੰਨੇ ਗੁਣਾ ਜ਼ਿਆਦਾ ਜਿਹੜੀ ਆਪਾਂ ਨੂੰ ਵੈਲਿਊ ਮੇਅਰ ਕਰਨੀ ਆ। ਠੀਕ ਆ, ਉੱਥੇ ਵੀ ਉਹਨੇ ਇਹੋ ਲਿਖਿਆ ਮੇਅਰਮੈਂਟ ਆਫ ਐਨ ਟਾਈਮਸ ਦਾ ਕਰੰਟ ਰੇਂਜ ਆਫ ਇੰਸਟਰੂਮੈਂਟ। ਸੋ ਇਹ ਹੁੰਦਾ ਆਪਣਾ ਐਮੀਟਰ ਰੇਂਜ ਐਕਸਟੈਂਸ਼ਨ। ਆਹ ਹੁੰਦਾ ਵੀ ਆਪਣੇ ਕੋਲ ਸ਼ੰਟ ਜਿਹੜੇ ਹੁੰਦੇ ਨਾ ਦੇਖਣ ਦੇ ਵਿੱਚ ਇੱਦਾਂ ਦੇ ਹੁੰਦੇ ਆ, ਐਮੀਟਰ ਦੀ ਰੇਂਜ ਐਕਸਟੈਂਡ। ਹੁਣ ਨੈਕਸਟ ਮੇਰੇ ਕੋਲ ਆ ਜਾਂਦਾ ਵੋਲਟਮੀਟਰ ਦੀ ਰੇਂਜ ਆਪਾਂ ਕਿੱਦਾਂ ਐਕਸਟੈਂਡ ਕਰ ਸਕਦੇ ਹਾਂ। ਸੋ ਵੋਲਟਮੀਟਰ ਦੀ ਰੇਂਜ ਨੂੰ ਐਕਸਟੈਂਡ ਕਰਨ ਵਾਸਤੇ ਆਪਾਂ ਕੀ ਕਰਦੇ ਹਾਂ, ਮਲਟੀਪਲਾਇਰ ਲਾ ਦਿੰਦੇ ਹਾਂ ਸੀਰੀਜ਼ ਦੇ ਵਿੱਚ, ਯਾਨੀ ਕਿ ਹਾਈ ਰਜਿਸਟੈਂਸ ਆਪਾਂ ਕੀ ਕਰਦੇ ਹਾਂ ਸੀਰੀਜ਼ ਦੇ ਵਿੱਚ ਲਗਾ ਦਿੰਦੇ ਹਾਂ। ਆਹ ਦੇਖੋ ਫਿਗਰ ਦੇ ਵਿੱਚ ਵੀ ਦਿਖਾਇਆ ਹੋਇਆ, ਇੱਥੇ ਆਪਾਂ ਉੱਥੇ ਆਪਾਂ ਕੀ ਕੀਤਾ ਸੀਗਾ ਲੋ ਰਜਿਸਟੈਂਸ ਲਾਈ ਸੀ ਪੈਰਲ ਦੇ ਵਿੱਚ ਅਤੇ ਕਰੰਟ ਡਿਵਾਈਡ ਹੋ ਗਿਆ ਸੀ। ਇੱਥੇ ਆਪਾਂ ਹਾਈ ਰਜਿਸਟੈਂਸ ਲਾਉਣੀ ਆ ਸੀਰੀਜ਼ ਦੇ ਵਿੱਚ ਅਤੇ ਵੋਲਟਮੀਟਰ ਦੀ ਜਿਹੜੀ ਰੇਂਜ ਆ ਉਹ ਐਕਸਟੈਂਡ ਹੋ ਜਾਣੀ ਆ। ਠੀਕ ਆ, ਸੋ ਇਹਦੀ ਵੀ ਛੋਟੀ ਜਿਹੀ ਡੈਰੀਵੇਸ਼ਨ ਹੀ ਆ ਕਿ ਜੇ ਵੋਲਟੇਜ ਆਪਾਂ ਮੰਨ ਲਓ ਜਿਹੜੀ ਮੇਅਰ ਕਰਨੀ ਆ, ਠੀਕ ਆ, ਉਹ ਵੀ ਆ, ਠੀਕ ਆ, ਛੋ ਸਮਾਲ ਵੀ ਜਿਹੜੀ ਹੈ ਮੀਟਰ ਦੇ ਕਰੋਸ ਵੋਲਟੇਜ, ਆਈ ਐਮ ਫੁੱਲ ਸਕੇਲ ਡਿਫਲੈਕਸ਼ਨ, ਉਹੀ 100 ਮੰਨ ਲਓ 100 ਵੋਲਟ ਦਾ ਮੀਟਰ, 100 ਵੋਲਟ ਹੋਲ ਸਕੇਲ ਡਿਫਲੈਕਸ਼ਨ। ਰਜਿਸਟੈਂਸ ਜਿਹੜੀ ਸੀਰੀਜ਼ ਦੇ ਵਿੱਚ ਲਾਈ ਆ ਆਪਾਂ ਮਲਟੀਪਲਾਇਰ ਦੀ ਫਾਰਮ ਦੇ ਵਿੱਚ ਉਹ ਹੈਗੀ ਆ ਆਰ, ਅਤੇ ਆਰ ਐਮ ਹੈਗੀ ਆ ਵੋਲਟਮੀਟਰ ਦੀ ਰਜਿਸਟੈਂਸ। ਠੀਕ ਆ, ਸੋ ਇੱਥੋਂ ਆਪਾਂ ਕੀ ਕਿਹਾ ਆਪਾਂ ਵੋਲਟੇਜ ਕੱਢ ਸਕਦੇ ਹਾਂ ਸਰਕਿਟ 'ਚ ਕਿੰਨੀ ਵੋਲਟੇਜ ਹੋਊਗੀ। ਠੀਕ ਆ, ਵੋਲਟੇਜ ਕੀ ਹੁੰਦੀ, ਵੀ ਇਜ਼ ਇਕਲ ਟੂ ਆਈ ਆਰ, ਵੀ ਇਜ਼ ਇਕਲ ਟੂ ਆਈ ਆਰ ਹੁੰਦੀ। ਸੋ ਆਰ ਮੇਰਾ ਕੀ ਹੈ ਇੱਥੇ ਟੋਟਲ ਰਜਿਸਟੈਂਸ ਆ, ਟੋਟਲ ਰਜਿਸਟੈਂਸ ਕੀ ਹੋਊਗੀ ਜਿੰਨੀ ਮਲਟੀਪਲਾਇਰ ਦੀ ਰਜਿਸਟੈਂਸ ਆ ਜਿੰਨੀ ਮੀਟਰ ਦੀ ਰਜਿਸਟੈਂਸ। ਸੋ ਵੀ ਇਜ਼ ਇਕਲ ਟੂ ਆਈ ਐਮ ਮਲਟੀਪਲਾਈ ਬਾਏ ਆਰ ਪਲੱਸ ਆਰ ਐਮ। ਠੀਕ ਆ, ਸੋ ਇਹਨੂੰ ਜਦੋਂ ਮੈਂ ਸੋਲਵ ਕਰੂੰਗਾ ਤਾਂ ਮੇਰੇ ਕੋਲ ਆਹ ਵੈਲਿਊ ਆ ਜਾਣੀ ਆ। ਠੀਕ ਆ, ਆਈ ਐਮ ਨੂੰ ਥੱਲੇ ਲੈ ਜਾਣਾ ਇੱਥੇ ਮੈਂ, ਸੋ ਆਰ ਪਲੱਸ ਆਰ ਐਮ ਇਜ਼ ਇਕਲ ਟੂ ਵੀ ਡਿਵਾਈਡਡ ਬਾਏ ਆਈ ਐਮ, ਜਾਂ ਫਿਰ ਇਹਨੂੰ ਮੈਂ ਇਹ ਵੀ ਲਿਖ ਸਕਦਾ ਵੀ ਟੋਟਲ ਰਜਿਸਟੈਂਸ ਕੀ ਹੋਊ, ਸੋਰੀ ਮਲਟੀਪਲਾਇਰ ਦੀ ਰਜਿਸਟੈਂਸ ਕੀ ਹੋਊਗੀ, ਵੀ ਡਿਵਾਈਡਡ ਆਈ ਐਮ ਮਾਈਨਸ ਆਰ ਐਮ। ਸੋ ਇੱਥੋਂ ਮੈਨੂੰ ਕੀ ਹੈ ਕਿਹੜੀ ਵੈਲਿਊ ਪਤਾ ਲੱਗ ਗਈ, ਜਿੰਨਾ ਮਲਟੀਪਲਾਇਰ ਦੀ ਵੈਲਿਊ ਲਗਾਉਣੀ, ਸੋ ਇੱਥੋਂ ਮੈਂ ਪਤਾ ਕਰ ਸਕਦਾ ਵੀ ਮਲਟੀਪਲਾਇਰ ਦੀ ਕਿੰਨੀ ਵੈਲਿਊ ਮੈਂ ਲਗਾਉਣੀ ਹੈ। ਠੀਕ ਆ, ਸੋ ਕੀ ਹੋ ਗਿਆ ਆਰ ਦੀ ਵੈਲਿਊ ਕੀ ਹੋਊਗੀ, ਜਾਂ ਰਿਕੁਆਇਰਡ ਰਜਿਸਟੈਂਸ ਕੀ ਹੋਊਗੀ, ਮੈਕਸੀਮਮ ਵੋਲਟੇਜ ਟੂ ਵੀ ਮੈਂ ਡਿਵਾਈਡਡ ਬਾਏ ਫੁੱਲ ਸਕੇਲ ਡਿਫਲੈਕਸ਼ਨ ਕਰੰਟ ਆਫ ਵੋਲਟਮੀਟਰ ਅਤੇ ਵੋਲਟਮੀਟਰ ਰਜਿਸਟੈਂਸ। ਠੀਕ ਆ, ਸੋ ਇਹ ਆਪਣੇ ਕੋਲ ਹੋਊਗੀ ਰੇਂਜ ਐਕਸਟੈਂਸ਼ਨ ਵੋਲਟਮੀਟਰ ਅਤੇ ਐਮੀਟਰ ਦੀ। ਸੋ ਡੈਰੀਵੇਸ਼ਨ ਨਹੀਂ ਸਮਝ ਲੱਗੀ ਕੋਈ ਗੱਲ ਨਹੀਂ, ਦੁਬਾਰਾ ਵੀ ਇੱਕ ਵਾਰ ਕਰਵਾ ਦੇਵਾਂਗੇ, ਕੋਈ ਇਸ਼ੂ ਨਹੀਂ ਆ। ਠੀਕ ਆ, ਅਤੇ ਬਾਕੀ ਇਹਦੇ ਵੀ ਤੁਸੀਂ ਆਪਣੇ ਜਿਹੜੇ ਨੋਟਸ ਆ ਉਹ ਚੰਗੀ ਤਰ੍ਹਾਂ ਪ੍ਰਿਪੇਅਰ ਕਰ ਲੈਣੇ ਆ, ਅਤੇ ਮੈਨੂੰ ਸੈਂਡ ਵੀ ਜ਼ਰੂਰ ਕਰਨੇ ਆ ਬਣਾ ਕੇ ਨੋਟਸ। ਇਹ ਮੈਂ ਦੇਖਣਾ ਵੀ ਕਿਹੜੇ ਕਿਹੜੇ ਸਟੂਡੈਂਟਸ ਨੇ ਜਿਹੜਾ ਆ ਸਹੀ ਤਰੀਕੇ ਨਾਲ ਨੋਟਸ ਬਣਾਏ। ਕੋਈ ਵੀ ਡਾਊਟ ਹੋਊਗਾ, ਕੋਈ ਵੀ ਡਾਊਟ ਤਾਂ ਪੁੱਛ ਜ਼ਰੂਰ ਲੈਣਾ ਆ। ਠੀਕ ਹੈ, ਮੈਸੇਜ ਕਰ ਦਿਓ ਮੈਨੂੰ ਅਤੇ ਤੁਹਾਨੂੰ ਮੈਂ ਸਾਰੇ ਕਲੀਅਰ ਕਰ ਦੂੰਗਾ ਡਾਊਟ। ਠੀਕ ਹੈ, ਥੈਂਕ ਯੂ।